ਮੈਂ ਤੁਧੇ ਆਗੇ ਮੈਂ ਹੋਰ ਥਾਉ ਨਹੀਂ ਜਿਸ ਬੈ ਕਰੂੰ ਬੇਨਤੀ ਮੇਰਾ ਸੁਖ ਤੁਝੀ ਪਾਸ ਤੂੰ ਦਰਿਆ ਦਾਨਾ ਬਿਨਾ ਮੈਂ ਮਛਲੀ ਜਹ ਜਹ ਦੇਖਾਂ ਤਹ ਤਹ ਤੂੰ ਹੈ ਤੂੰ ਹੈ ਤੁਝ ਤੇ ਨਿਕਸੀ ਪੂਟ ਮਰਾਂ ਆਨੰਦ ਗੁਣੀ ਨਿਧਾਨ ਮਰਨੇ ਤੇ ਕਿਆ ਡਰਨਾ
ਡਗਮਗ ਛੱਡ ਰੇ ਮਨ ਭੋਰਾ ਡਗਮਗ ਛੱਡ ਰੇ ਮਨ ਭੋਰਾ ਡਗਮਗ ਛੱਡ ਰੇ ਮਨ ਭੋਰਾ ਮਨ ਭੋਰਾ ਅਬ ਤੋ ਜਰੇ ਮਰੇ ਸਿੱਧ ਪਾਈਏ ਕਟ ਹੋਏ ਨਾਚੋ ਪਿਆ ਮਾਇਆ ਕੇ ਡਾਂਡੇ ਪਿਆ ਮਾਇਆ ਕੇ ਡਾਂਡੇ ਮਨ ਰੇ ਛਾਡੋ ਪਰਮ ਪ੍ਰਗਟ ਹੋਏ ਸਨਮੁਖ ਰਣ ਤੇ
ਸਿੱਧ
जयकार कियो तरमिया का। पपी को दंड दियो ए, 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 डकार कियो डकार कियो तरमिया Thank you.
ਸਭ ਮਾਰ ਕਢੋਏ ਕੂੜਿਆ ਆਈ ਹਰ ਧਰਮ ਨੇ
ਗਰੀਬ ਅਨਾਥ ਰੱਖ ਲਿਓ ਸਭ ਹਰ ਕੀ ਕਰੋ ਉਸਤਤ ਜਿਨ ਗਰੀਬ ਅਨਾਥ ਰੱਖ ਲਿਓ ਜਿਨ ਗਰੀਬ ਅਨਾਥ ਰੱਖ ਲਿਓ ਰੱਖ ਲਿਓ ਰੱਖ ਲਿਓ ਅਬ ਹਰ ਕੀ ਕਰੋ ਉਸਤਤ ਜਿਨ ਗਰੀਬ ਅਨਾਥ ਰੱਖ ਲਿਓ ਸਭ ਹਰ ਕੀ ਕਰੋ ਉਸਤਤ ਜਿਨ ਗਰੀਬ ਅਨਾਥ ਰੱਖ ਲਿਓ ਜਿਨ ਗਰੀਬ ਅਨਾਥ ਰੱਖ ਲਿਓ ਜਿਨ ਗਰੀਬ ਅਨਾਥ ਰੱਖ ਡੰਡ ਦਿਆ ਅਪੀ ਕੋ ਡੰਡ ਦਿਆ ਅਪੀ ਕੋ ਡੰਡ ਦਿਆ ਜੈਕਾਰ ਕੀਓ
ਮਰਨ ਮੁਣ ਸਾ ਸੂਰਿਆ ਹੱਕ ਹੈ ਜੋ ਹੋਏ ਮਰਨ ਪਰਵਾਣੋ ਮਰਨ ਮੁਣ ਸਾ ਸੂਰਿਆ ਹੱਕ ਹੈ ਮਰਨ ਮੁਣ ਸਾ ਸੂਰਿਆ ਹੱਕ ਹੈ ਜੋ ਹੋਏ ਮਰਨ ਪਰਵਾਣੋ ਜੋ ਹੋਏ ਮਰਨ ਪਰਵਾਣੋ ਮਰਨ ਮੁਣ ਸਾ ਸੂਰਿਆ ਹੱਕ ਹੈ ਮਰਨ ਮੁਣ ਸਾ ਹੈ ਅਰਨ ਮਣਸਾ ਸੂਰਿਆ ਹੱਕ ਹੈ।
ਮਰਨਾ ਪਰਵਾਨ
ਸੱਚਾ ਨਹੀਂ ਕਹਿਣਾ ਮਨ ਮੈਂ ਰਹਿਣਾ ਆਪੇ ਜਾਣੇ ਜਾਣੋ ਮਰਣ ਮੁਣ ਸੁਰਿਆ ਹੱਕ ਹੈ ਮਰਣ ਮੁਣ ਸੁਰਿਆ ਹੱਕ ਹੈ ਜੋ ਹੋਏ ਮਰੇ ਪਰਵਾਣੋ ਜੋ ਹੋਏ ਮਰੇ ਪਰਵਾਣੋ ਮਰਣ ਮੁਣ ਸਾ ਹੱਕ ਹੈ ਮਰਨ ਮੁਣ ਸਾ ਸੁਰਿਆ ਹੱਕ ਹੈ ਜੋ ਹੋਏ ਮਰਨ ਪਰਵਾਣ ਜੋ ਹੋਏ ਮਰਨ ਪਰਵਾਣ ਮਰਨ ਮੁਣ ਸਾ ਸੁਰਿਆ ਹੱਕ ਹੈ ਜੋ ਹੋਏ ਮਰਨ ਪਰਵਾਣ ਸੰਤ ਜਨਾ ਮਿਲ ਹਰ ਜਸ ਗਾਇਓ ਕੋਟ ਜਨਮ ਕੇ ਦੁਖ ਜੋ ਚਾਹਤ ਸੋਈ ਮਨ ਪਾਇਓ ਹਰ ਕਿਰਪਾ ਹਰ ਨਾਮ ਦਿਆਇਓ ਸਰਬ ਸੁਖ ਹਰ ਨਾਮ ਵਡਾਈ ਗੁਰ ਪ੍ਰਸਾਦ ਨਾਨਕ ਮਤ ਪਾਇ ਸੋ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੁਇਦਾਈ ਦਾਇਆ ਖੇਲੈ ਸਗਲ ਜਗਤ ਜਗ ਆਇਆ ਮੁਰਿਆਇਆ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਨਾਮ ਧਿਆਇਆ ਕੈਮ ਸਖਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਰਬ ਬ੍ਰਹਿਮੰਡ ਦੇ ਸਿਰਜਕ ਸ਼ਬਦ ਗੁਰੂ ਦਸ ਗੁਰੂ ਸਾਹਿਬਾਨ ਦੀ ਜਗ ਦੀ ਜੋਤ ਆਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਤਿੰਨਾਂ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਬਿਰਾਜਮਾਨ ਗੁਰੂ ਦੀ ਗੋਦ ਵਿੱਚ ਬੈਠ ਆਨੰਦ ਲੈ ਰਹੀ ਸਤਸੰਗ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਕਸ਼ਨ ਬਲਿਊ ਸਟਾਰ ਤੀਸਰਾ ਘੱਲੂਘਾਰਾ ਜੂਨ 1984 ਤਤਕਾਲੀਨ ਸਰਕਾਰ ਵੱਲੋਂ ਬੇਇਤਿਹਾ ਅਤਿਆਚਾਰ ਗੁਰਧਾਮਾਂ ਦੀ ਬੇਹੁਰਮਤੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਤਿੰਨਾਂ ਦਾ ਅਟੈਕ ਅਤੇ ਮਹਾਂਪੁਰਖ ਦਮਦਮੀ ਟਕਸਾਲ ਦੇ 14ਵੇਂ ਮਹਾਂਪੁਰਸ਼ ਮਰਦੇ ਮੁਜਾਹਿਦ ਕਹਿਣੀ ਕਥਨੀ ਦੇਖ ਉਹਨਾਂ ਨੇ ਸਮਾਂ ਸੰਭਾਲਦਿਆਂ ਸਮਾਂ ਕਰਦਿਆਂ ਸੰਤ ਗਿਆਨੀ ਜਰਨੈਲ ਸਿੰਘ ਜੀ ਤੋਂ ਮੇਰਾ ਭਾਵ ਹੈ ਸਮਾਂ ਸੰਭਾਲਦਿਆਂ ਹਿਸਟਰੀ ਕ੍ਰੀਏਟ ਕਰਦਿਆਂ ਅੱਗੇ ਆ ਕਰਕੇ ਦੰਦ ਖੱਟੇ ਕੀਤੇ ਆਹੂ ਲਾਏ ਨਵੀਂ ਹਿਸਟਰੀ ਨਵਾਂ ਇਤਿਹਾਸ ਸਿਰਜ ਦਿੱਤਾ ਉਹ ਦਿਹਾੜਾ ਹਰ ਸਾਲ ਜਦੋਂ ਵੀ ਜੂਨ ਦੇ ਦਿਨ ਆਉਂਦੇ ਨੇ ਮਨ ਨੂੰ ਤਨਹਾਈਆਂ ਨਾਲ ਭਰ ਦਿੰਦਾ ਅਪ੍ਰੈਲ 'ਚ ਦੀਵਾਨ ਸਜਾਏ ਗਏ ਮਈ 'ਚ
ਦੀਵਾਨ ਸਜਾਏ ਗਏ। ਦਮਦਮੀ ਟਕਸਾਲ ਦੇ ਵਰਤਮਾਨ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਦੀ ਅਗਵਾਈ ਥੱਲੇ ਪੰਥ ਸਿੱਖ ਮਰਿਆਦਾ ਦੇ ਮੁਤਾਬਕ ਇਹ ਸਭ 2 ਮਹੀਨੇ ਸ਼ਹੀਦੀ ਦੀਵਾਨ ਸਿਰਜ ਕੇ ਅਤੇ ਯਾਦ ਕਰ ਰਿਹਾ ਉਹਨਾਂ ਸ਼ਹੀਦਾਂ ਨੂੰ। ਅੱਜ ਵੀ ਮਹਾਂਪੁਰਖ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਇੱਥੇ ਪੁੱਜੇ ਨੇ। ਉਹਨਾਂ ਨੂੰ ਜੀ ਆਇਆ, ਉਹਨਾਂ ਨੂੰ ਇੱਥੇ ਪਹੁੰਚਣ 'ਤੇ ਸੰਗਤ ਵੱਲੋਂ ਸਤਿਕਾਰ ਅਤੇ ਮਾਣ। ਸਮਾਂ ਕੱਢ ਕੇ 6 ਜੂਨ ਦਾ ਇਹ ਅਗਲਾ ਹਫ਼ਤਾ ਸਾਰਾ ਮਨਾਇਆ ਜਾਣਾ ਮਹਿਤੇ ਸਾਹਿਬ ਵਿਖੇ। ਰੁਝੇਵਿਆਂ 'ਚੋਂ ਸਮਾਂ ਕੱਢ ਕੇ ਪਹੁੰਚੇ ਨੇ, ਉਹਨਾਂ ਦਾ ਸਤਿਕਾਰ। ਉਹਨਾਂ ਦੇ ਚਰਨਾਂ 'ਚ ਬੇਨਤੀ ਹੈ, ਮਹਾਂਪੁਰਖੋ ਗੁਰ ਤਿਆਗ ਸਰਵਣ ਕਰਾਓ। ਉਹਨਾਂ ਸ਼ਹੀਦਾਂ ਦੀ ਯਾਦਾਂ ਪ੍ਰਤੀ ਜੋ ਪਹਿਰਾ ਆਪ ਸਾਡਾ ਦਵਾਇਆ ਕਰਦੇ ਹੋ, ਆਪ ਕਿਰਪਾ ਕਰੋ ਸੰਗਤ ਦੇ ਉੱਤੇ। ਆਓ ਸੰਗਤ ਜੀ, ਉਹਨਾਂ ਦੀ ਦਸਾਂ ਤੋਂ ਪਵਿੱਤਰ ਇਹ ਗੁਰ ਤਿਆਗ ਸਰਵਣ ਕਰੀਏ, ਆਗਿਆ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ, ਸਿਮਰੋ ਅੰਗਦ ਦੁਖ ਨਿਕੰ ਅਮਰਦਾਸ ਗੁਰ ਹਿਰਦੈ ਧਿਆਵੋ, ਗੁਰ ਹਿਰਦੈ ਧਿਆਵੋ, ਸ੍ਰੀ ਗੁਰੂ ਰਾਮਦਾਸ ਗੁਣ ਗਾਵੋ, ਸ੍ਰੀ ਅਰਜਨ ਬਿਗਨਨ ਕੇ ਨਾਸਕ, ਹਰ ਗੋਬਿੰਦ ਸੋਭ ਸੁਮਤ ਪ੍ਰਕਾਸਕ, ਸ੍ਰੀ ਹਰ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ, ਗੁਰ ਹਰ ਕ੍ਰਿਸ਼ਨ ਮਨਾਇ ਬਹੋਰੀ, ਤੇਗ ਬਹਾਦਰ ਪਰਮ ਕਿਰਪਾਲ, ਪਰਮ ਕਿਰਪਾਲ, ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲ, ਤਰੋ ਤਰਾ ਪਰ ਪੂਨ ਪੂਨ ਸੀਸ, ਪੂਨ ਪੂਨ ਸੀਸ, ਬੰਦੋ ਬਾਰ ਬਾਰ ਜਗਦੀਸਾ, ਜਿਸਮਹ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ,
ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦਾ ਕਰ ਅਨੁਰਾਗ, ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ, ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ, ਏਕੰਕਾਰਾ ਸਤਿਗੁਰੂ ਤੇਹ ਪ੍ਰਸਾਦ ਸਚ ਹੋਇ, ਵਾਹਿਗੁਰੂ ਜੀ ਕੀ ਫਤਿਹ ਬਿਘਨ ਵਿਨਾਸ਼ਨ ਸੋਇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਦੋਹਰਾ ਇੱਕ ਰਾਮਾ ਚੰਜੀ ਹੋ ਤੋ ਹੇਮੂ ਸੋਇਨੀ ਦੋਏ, ਜੱਟੂ ਭੰਡਾਰੀ ਤ੍ਰਿਤੀ ਸ਼ਾਹ ਦਰੇ ਰਹਿ ਸੋਏ, ਇੱਕ ਰਾਮਾ ਚੰਜੀ ਹੋ ਤੋ। ਪਰਮ ਸਨਮਾਨ ਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤਾਂ ਬਹੁਤ ਬਹੁਤ ਵੱਡਿਆਂ ਭਾਗਾਂ ਵਾਲੇ ਹੋ, ਜਿਨ੍ਹਾਂ ਨੂੰ ਗਰੀਬ ਨਿਵਾਜ ਦਸਾਂ ਪਾਤਸ਼ਾਹੀਆਂ ਦੇ ਪਾਵਨ ਪ੍ਰਤੱਖ ਸਰੂਪ ਤਖਤ ਚਵਰ ਛਤਰ ਦੇ ਮਾਲਕ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਰਮ ਪਵਿੱਤਰ ਹਜ਼ੂਰੀ ਵਿਖੇ ਜੁੜ ਕਰਕੇ ਨਗਰ ਸਿਆਲਕਾ ਦੀਆਂ ਸਮੁੱਚੀਆਂ ਸੰਗਤਾਂ ਨੇ ਹਰ ਸਾਲ ਦੀ ਤਰ੍ਹਾਂ ਇਹ ਭਾਰੀ ਉਪਰਾਲਾ ਔਰ ਉੱਦਮ ਕੀਤਾ ਹੈ ਕਿ 6 ਜੂਨ 1984 ਦਾ ਉਹ ਘੱਲੂਘਾਰਾ ਜਦੋਂ ਉਸ ਸਮੇਂ ਦੀ ਜ਼ਾਲਮ ਅਤੇ ਨਿਰਦਈ ਹਕੂਮਤ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਅਤੇ 37 ਹੋਰ ਗੁਰਧਾਮਾਂ ਉੱਤੇ ਹਮਲਾ ਕੀਤਾ, ਜਿਸ ਹਮਲੇ ਦੌਰਾਨ ਅਨੇਕਾਂ ਹੀ ਬਜ਼ੁਰਗਾਂ ਨੂੰ, ਮਾਤਾਵਾਂ ਨੂੰ, ਛੋਟੇ ਛੋਟੇ ਭਟੰਗੀਆਂ ਨੂੰ, ਨੌਜਵਾਨਾਂ ਨੂੰ ਬੜੀ ਬੇਰਹਿਮੀ ਦੇ ਨਾਲ ਸ਼ਹੀਦ ਕੀਤਾ ਗਿਆ। ਸ੍ਰੀ ਹਰਿਮੰਦਰ ਸਾਹਿਬ ਜੀ ਨੂੰ ਗੋਲੀਆਂ ਦਾ ਨਿਸ਼ਾਨਾ ਬਣਾ ਕੇ ਹਰਿਮੰਦਰ ਸਾਹਿਬ ਜੀ ਦੇ ਵਿੱਚ ਗੋਲੀਆਂ ਮਾਰੀਆਂ ਗਈਆਂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ 'ਤੇ ਗੋਲੀਆਂ ਚਲਾਈਆਂ ਗਈਆਂ, ਸੱਚਖੰਡ ਅੰਦਰ ਕੀਰਤਨ ਕਰਦੇ ਸਿੰਘਾਂ ਨੂੰ, ਰਾਗੀਆਂ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ। ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਵੀ ਤੋਪਾਂ ਟੈਂਕਾਂ ਦੇ ਹਮਲੇ ਦਾ ਨਿਸ਼ਾਨਾ ਬਣਾ ਕੇ ਢਹਿ ਢੇਰੀ ਕਰ ਦਿੱਤਾ ਗਿਆ। ਔਰ ਉਸ ਹਮਲੇ ਦੌਰਾਨ ਖਾਲਸਾ ਪੰਥ ਦੀ ਆਨ ਅਤੇ ਸ਼ਾਨ ਦੀ ਖਾਤਰ ਕਲਗੀਧਰ ਪਾਤਸ਼ਾਹ ਜੀ ਦੇ ਨਾਂ ਬਚਨਾਂ 'ਤੇ ਅਟੱਲ ਪਹਿਰਾ ਦਿੰਦਿਆਂ ਹੋਇਆ, ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ, ਦਮਦਮੀ ਟਕਸਾਲ ਦੇ 14ਵੇਂ ਮੁਖੀ, ਕਥਨੀ ਕਰਨੀ ਦੇ ਪੂਰੇ ਸੂਰੇ, ਸੂਰਬੀਰ ਮਹਾਬਲੀ ਯੋਧੇ, ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ,
ਪਿੰਡਾਂ ਵਾਲੇ ਮਹਾਂਪੁਰਖ ਅਤੇ ਉਹਨਾਂ ਦੀ ਅਗਵਾਈ ਹੇਠ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ, ਜਨਰਲ ਸੁਬੇਕ ਸਿੰਘ ਜੀ, ਬਾਬਾ ਠਾਰਾ ਸਿੰਘ ਜੀ ਸਮੇਤ ਅਣਗਿਣਤ ਸਿੰਘਾਂ ਨੇ ਮਹਾਨ ਮਹਾਨ ਸ਼ਹਾਦਤਾਂ ਦਿੱਤੀਆਂ। ਆਪਾਂ ਉਹਨਾਂ ਸਮੁੱਚੇ ਸ਼ਹੀਦਾਂ ਦੀ ਯਾਦ ਵਿੱਚ ਇਹ ਸਿੱਖ ਪੰਥ ਦਾ 20ਵੀਂ ਸਦੀ ਦੇ ਅੰਦਰ ਵਾਪਰਿਆ ਹੋਇਆ ਤੀਸਰਾ ਸ਼ਹੀਦੀ ਘੱਲੂਘਾਰਾ ਹੈ, ਜੋ ਆਪਣੀਆਂ ਅੱਖਾਂ ਦੇ ਸਾਹਮਣੇ ਗੁਜ਼ਰਿਆ ਵਾਪਰਿਆ। ਉਸ ਤੀਸਰੇ ਘੱਲੂਘਾਰੇ ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਆਪ ਜੁੜ ਕਰਕੇ ਬੈਠੇ ਹੋ। ਆਪ ਜੀ ਨੇ ਜਥੇ ਦੇ ਸਿੰਘਾਂ ਤੋਂ ਅਤੇ ਰਾਗੀ ਭਾਈ ਰਣਜੀਤ ਸਿੰਘ ਜੀ ਦੇ ਜਥੇ ਤੋਂ ਗੁਰਬਾਣੀ ਦਾ ਬਹੁਤ ਹੀ ਰਸ ਭਿੰਨਾ ਕੀਰਤਨ ਸਰਵਣ ਕੀਤਾ ਹੈ। ਆਓ ਮਨ ਬਿਰਤੀ ਨੂੰ ਇਕਾਗਰ ਕਰੋ, ਸਤਿਗੁਰਾਂ ਦੇ ਪਰਮ ਪਵਿੱਤਰ ਗੁਰ ਇਤਿਹਾਸ ਦੀ ਕਥਾ ਸਰਵਣ ਕਰੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਇੱਕ ਰਾਮਾ ਝੰਜੀ ਹੋਤੋ। ਇਹ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਜੋ ਜੋ ਗੁਰਸਿੱਖ ਆਏ ਉਹਨਾਂ ਦੀ ਕਥਾ ਬਹੁਤ ਹੀ ਸੁੰਦਰ ਆ ਰਹੀ ਹੈ। ਇੱਕ ਭਾਈ ਰਾਮਾ ਜੀ ਨਾਮ ਹੈ ਸਿੱਖ ਦਾ, ਝੰਜੀ ਜਾਤੀ ਹੈ। ਹੇਮੂ ਸੋਇਨੀ ਦੋਏ। ਦੂਜਾ ਭਾਈ ਹੇਮੂ ਸੋਇਨੀ ਜਾਤੀ ਵਿੱਚੋਂ ਹੈ। ਇਹ ਦੋ ਸਿੱਖ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਅੰਮ੍ਰਿਤਸਰ ਸਾਹਿਬ ਆਏ ਹੈ। ਜੱਟੂ ਭੰਡਾਰੀ ਤ੍ਰਿਤੀ। ਔਰ ਤੀਜਾ ਭਾਈ ਜੱਟੂ ਹੈ, ਭੰਡਾਰੀ ਜਾਤੀ, ਆਮ ਖੱਤਰੀਆਂ ਦੀਆਂ ਜਾਤੀਆਂ ਹਨ, ਭੰਡਾਰੀ ਕਰਕੇ ਬੋਲਿਆ ਜਾਂਦਾ ਹੈ, ਇਉਂ ਭਾਈ ਤੀਸਰਾ ਜੱਟੂ ਹੈ। ਸ਼ਾਹਦਰੇ ਰਹਿ ਸੋਏ। ਸ਼ਾਹਦਰਾ ਪਾਕਿਸਤਾਨ ਦੇ ਵਿੱਚ ਰਹਿ ਗਿਆ ਸਾਧ ਸੰਗਤ ਜੀ, ਉੱਥੋਂ ਦੇ ਰਹਿਣ ਵਾਲੇ ਇਹ ਤਿੰਨੇ ਸਿੱਖ ਹਨ। ਸ਼ਾਦਰੇ ਵਿੱਚ ਸੇਵਾ ਪੰਥੀ ਮਹਾਂਪੁਰਖਾਂ ਦੇ ਵੀ ਟਿਕਾਣੇ ਸਨ, ਜਿਨ੍ਹਾਂ ਨੇ ਬੜੀ ਭਾਰੀ ਸਿੱਖ ਪੰਥ ਦੀ ਬਿਖਮ ਸਮਿਆਂ ਵਿੱਚ ਸੇਵਾ ਕੀਤੀ। ਇਉਂ ਸ਼ਾਦਰੇ ਦੇ ਰਹਿਣ ਵਾਲੇ ਇਹ ਤਿੰਨੇ ਗੁਰਸਿੱਖ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਦਰਸ਼ਨ ਕਰਨ ਆਏ ਹੈ। ਜੋ ਪਈ ਸ਼੍ਰੀ ਅਰਜਨ ਕੀ ਸ਼ਰਨੀ ਆਏ। ਧੰਨ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਦੀ ਸ਼ਰਨ ਵਿੱਚ ਆਏ ਹਨ। ਪਦ ਅਰਬਿੰਦਨ ਸੀਸਨ ਵਾਏ। ਅਰਬਿੰਦਨ ਸ਼ਬਦ ਹੁੰਦਾ ਹੈ ਕਵਲ ਦਾ, ਇਉਂ ਸਤਿਗੁਰਾਂ ਦੇ ਚਰਨਾਂ ਕਮਲਾਂ 'ਤੇ ਆ ਕੇ ਇਹਨਾਂ ਨੇ ਆਪਣਾ ਸੀਸ ਝੁਕਾ ਕੇ, ਸਿਰ ਝੁਕਾ ਕੇ ਸਤਿਗੁਰੂ ਜੀ ਨੂੰ ਮਸਤਕ ਲਾ ਕੇ ਨਮਸਕਾਰ ਚਰਨਾਂ ਦੇ ਉੱਤੇ ਕੀਤੀ ਹੈ। ਪ੍ਰਸ਼ਨ ਕਰਿਓ ਹਮ ਸੁਨਤ ਹਮੇਸ਼। ਪ੍ਰਸ਼ਨ ਕੀਤਾ, ਬੇਨਤੀ ਕੀਤੀ ਹੈ ਸੱਚੇ ਪਾਤਸ਼ਾਹ ਜੀ, ਅਸੀਂ ਹਮੇਸ਼ਾ ਵਾਸਤੇ ਸੰਗਤ ਦੇ ਵਿੱਚ ਆ ਕੇ ਵਾਹਿਗੁਰੂ ਪਰਮੇਸ਼ਰ ਦਾ ਜਸ, ਨਾਮ, ਬਾਣੀ, ਕੀਰਤਨ ਸੁਣਦੇ ਹਾਂ। ਕੀਰਤਨ ਕਥਾ ਰੁਚਰ ਉਪਦੇਸ਼। ਕੀਰਤਨ ਔਰ ਕਥਾ, ਜਿਸ ਵਿੱਚ ਬੜਾ ਰੁਚੀਦਾਇਕ ਉਪਦੇਸ਼ ਹੁੰਦਾ ਹੈ ਜੀਵ ਦੇ ਭਲੇ ਵਾਸਤੇ, ਉਹ ਵੀ ਸੰਗਤ ਵਿੱਚ ਬੈਠ ਕੇ ਅਸੀਂ ਸਰੋਤੇ ਬਣ ਕੇ ਸੁਣਦੇ ਹਾਂ। ਔਰ ਮਹਿ ਨਹਿ ਠਹਿਰੈ ਠਹਿਰਾਏ। ਆਖੋ ਭਾਈ ਵਾਹਿਗੁਰੂ, ਇਹਨਾਂ ਨੇ ਬੇਨਤੀ ਕੀਤੀ, ਮਹਾਰਾਜ ਯਤਨ ਬੜਾ ਕਰੀਦਾ ਕਿ ਜੋ ਉਪਦੇਸ਼ ਕੀਰਤਨ ਕਥਾ ਰਾਹੀਂ ਸੁਣਿਆ ਸਾਡੇ ਹਿਰਦੇ ਵਿੱਚ ਵਸ ਜਾਵੇ, ਠਹਿਰ ਜਾਵੇ,
ਪਰ ਸੱਚੇ ਪਾਤਸ਼ਾਹ ਉਪਦੇਸ਼ ਸਾਡੇ ਹਿਰਦੇ ਵਿੱਚ ਠਹਿਰਦਾ ਨਹੀਂ, ਵੱਸਦਾ ਨਹੀਂ ਹੈ। ਬੜਾ ਯਤਨ ਕਰੀਦਾ ਕਿ ਉਹ ਇੱਕ ਇੱਕ ਉਪਦੇਸ਼, ਇੱਕ ਇੱਕ ਬਚਨ ਆਪ ਜੀ ਦੀ ਗੁਰਬਾਣੀ ਦਾ, ਕੀਰਤਨ ਦਾ, ਕਥਾ ਦਾ, ਗੁਰਮਤਿ ਦਾ ਬਚਨ ਸੁਣ ਕੇ ਆਪਣੇ ਮਨ ਵਿੱਚ ਵਸਾ ਲਈਏ, ਪਰ ਵੱਸਦਾ ਨਹੀਂ ਹੈ ਸੱਚੇ ਪਾਤਸ਼ਾਹ। ਇਹ ਕੋਈ ਕਾਰਨ ਹੈ ਕਿਮ ਕਲਿਆਣ ਅੰਤ ਕੋ ਪਾਏ? ਜੇ ਉਪਦੇਸ਼ ਹੀ ਨਹੀਂ ਮਨ ਵਿੱਚ ਵਸਿਆ, ਜੀਵਨ ਵਿੱਚ ਕਮਾਇਆ ਨਹੀਂ ਗਿਆ, ਅੰਤ ਨੂੰ ਅਖੀਰਲੇ ਸਮੇਂ ਵਿੱਚ ਸਾਡੀ ਕਲਿਆਣ, ਸਾਡਾ ਉਧਾਰ, ਸਾਡੀ ਮੁਕਤੀ ਕਿਵੇਂ ਹੋਵੇਗੀ? ਕਿਵੇਂ ਮੁਕਤੀ ਨੂੰ ਪ੍ਰਾਪਤ ਕਰਾਂਗੇ? ਸ਼੍ਰੀ ਮੁਖ ਤੇ ਸ਼ੁਭ ਬਾਕ ਬਖਾਨਾ, ਪਾਵਨ ਪਵਿੱਤਰ ਮੁਖਾਰ ਬਿੰਦ ਤੋਂ ਸ੍ਰੇਸ਼ਟ ਬਚਨ। ਧੰਨ ਗੁਰੂ ਅਰਜਨ ਦੇਵ ਜੀ ਨੇ ਇਹਨਾਂ ਸਿੱਖਾਂ ਦੀ ਬੇਨਤੀ ਕਰਨ ਤੋਂ ਆਪ ਜੀ ਨੇ ਉੱਤਰ ਦਿੱਤਾ ਹੈ। ਪੂਰਬ ਸੁਣੈ ਪ੍ਰੇਮ ਕਰ ਕੰਨ, ਕਹਿੰਦੇ ਸਭ ਤੋਂ ਪਹਿਲਾਂ ਭਾਈ ਸੰਗਤ ਵਿੱਚ ਜਦੋਂ ਆਓ ਨਾ, ਤਾਂ ਸਤਿਗੁਰੂ ਨੂੰ ਨਮਸਕਾਰ ਕਰਕੇ ਬੜੇ ਪ੍ਰੇਮ ਨਾਲ ਇਕਾਗਰ ਮਨ ਕਰਕੇ ਕੀਰਤਨ ਔਰ ਕਥਾ ਸੰਗਤ ਵਿੱਚ ਬੈਠ ਕੇ ਸੁਣਨਾ ਚਾਹੀਦਾ ਹੈ। ਕਰਹਿ ਮਨਨ ਨਿਧਿਆਸਨ, ਫੇਰ ਪਹਿਲਾਂ ਸੁਣਨਾ ਹੈ, ਫਿਰ ਮੰਨਣ ਕਰਨਾ ਹੈ, ਫਿਰ ਨਿਧਿਆਸਨ ਅਗਲੀ ਸਾਧਨਾ ਹੈ ਕਿ ਮਨ ਦੀਆਂ ਬਿਰਤੀਆਂ ਨੂੰ ਰੋਕ ਕੇ ਗੁਰ ਸ਼ਬਦ ਵਿੱਚ ਜੋੜਨਾ। ਨਿਧਿਆਸਨ ਦਾ ਅਰਥ ਇਹ ਹੁੰਦਾ ਹੈ ਜੋ ਮਨ ਦੀਆਂ ਇੰਦਰੀਆਂ ਦੀਆਂ ਵਾਸ਼ਨਾਵਾਂ ਹਨ, ਅੱਖਾਂ ਦੇਖਣ ਵਿੱਚ ਲੱਗੀਆਂ, ਕੰਨ ਸੁਣਨ ਵਿੱਚ ਲੱਗੇ ਹੈ, ਜ਼ੁਬਾਨ ਬੋਲ ਰਹੀ ਹੈ, ਕੰਨਾਂ ਨਾਲ ਸੁਣ ਰਿਹਾ, ਅੱਖਾਂ ਨਾਲ ਵੇਖ ਰਿਹਾ, ਉਹਦੀ ਮਨ ਵਿੱਚ ਬਾਰ ਬਾਰ ਚਿਤਵਨੀ ਕਰੀ ਜਾਂਦਾ, ਉਹ ਅੱਗੇ ਫੁਰਨਿਆਂ ਦਾ ਰੂਪ ਧਾਰਨ ਕਰਕੇ ਸੰਕਲਪ ਬਣੀ ਜਾਂਦੇ ਹੈ। ਸੰਕਲਪ ਵੀ ਇਹੋ ਜਿਹੇ ਕਿ ਬੰਦਾ ਐਡੀ ਵੱਡੀ ਸੰਕਲਪਾਂ ਦਾ, ਫੁਰਨਾਂ ਦਾ, ਫੁਰਨਿਆਂ ਦਾ ਤਾਣਾ ਤਣ ਲੈਂਦਾ ਕਿ ਉਹਨਾਂ ਵਿੱਚ ਹੀ ਉਲਝ ਕੇ ਬਹਿ ਜਾਂਦਾ। ਜਿਵੇਂ ਤਾਣੀ ਉਲਝ ਜਾਏ ਨਾ, ਸਾਧ ਸਿੰਘ ਜੀ ਵਸਤਰ ਨਹੀਂ ਫਿਰ ਅੱਗੇ ਬਣਨ ਵਾਸਤੇ ਤੁਰਦਾ, ਉੱਥੇ ਹੀ ਤਾਣੀ ਉਲਝੀ ਰਹਿੰਦੀ ਹੈ। ਜਿੰਨਾ ਚਿਰ ਉਲਝੀ ਹੋਈ ਤਾਣੀ ਨਹੀਂ ਠੀਕ ਹੁੰਦੀ, ਉਨਾ ਚਿਰ ਵਸਤਰ ਅੱਗੇ ਨਹੀਂ ਬੁਣਿਆ ਜਾਂਦਾ। ਇਸ ਤਰ੍ਹਾਂ ਉਹ ਮਨ ਉਲਝ ਜਾਂਦਾ ਆਪਣੇ ਫੁਰਨਿਆਂ ਦੇ ਤਾਣੇ ਬਾਣੇ ਵਿੱਚ। ਇਸ ਕਰਕੇ ਜਿਹੜਾ ਨਿਧਿਆਸਨ ਹੈ ਨਾ, ਨਿਧਿਆਸਨ ਦਾ ਇਹ ਭਾਵ ਹੈ ਕਿ ਮਨ ਦੀਆਂ ਬਿਰਤੀਆਂ ਨੂੰ ਜਾਂ ਜਿਹੜੇ ਸਾਡੇ ਗਿਆਨ ਅਤੇ ਕਰਮ ਇੰਦਰੀ ਹੈ, ਜਿੰਨੀਆਂ ਵੀ ਇੰਦਰੀਆਂ, ਇਹਨਾਂ ਇੰਦਰੀਆਂ ਦੀਆਂ ਵਾਸ਼ਨਾਵਾਂ ਨੂੰ ਰੋਕ ਲੈਣਾ, ਮਨ ਨੂੰ ਐਨ ਪੂਰਾ ਇਕਾਗਰ ਕਰ ਲੈਣਾ ਗੁਰ ਸ਼ਬਦ ਵਿੱਚ, ਗੁਰ ਸਿਧਾਂਤ ਵਿੱਚ, ਗੁਰ ਸਿੱਖਿਆ ਵਿੱਚ। ਫਿਰ ਕਹਿੰਦੇ ਨਿਧਿਆਸਨ ਦੀ ਵਾਰੀ ਆਉਂਦੀ ਹੈ, ਜਾਂ ਇਉਂ ਕਹਿ ਲਓ ਕਿ ਜਦੋਂ ਮਨ ਵਿੱਚੋਂ ਸੰਕਲਪ ਉੱਠਣੋਂ ਹਟ ਜਾਣ, ਫੁਰਨਿਆਂ ਦਾ ਅਭਾਵ ਹੋ ਜਾਏ, ਮਨ ਟਿਕ ਜਾਏ, ਉਦੋਂ ਮਹਾਰਾਜ ਕਹਿੰਦੇ ਨਿਧਿਆਸਨ ਦੀ ਅਵਸਥਾ ਸਿੱਖ ਨੂੰ ਪ੍ਰਾਪਤ ਹੁੰਦੀ ਹੈ। ਜਪਜੀ ਸਾਹਿਬ ਵਿੱਚ ਚਾਰ ਪੌੜੀਆਂ ਸਰਵਣ ਦੀਆਂ, ਚਾਰ ਪੌੜੀਆਂ ਮੰਨਣ ਦੀਆਂ, ਅਗਲੀ ਪੌੜੀ ਪੰਜ ਪ੍ਰਵਾਨ ਪੰਜ ਪ੍ਰਧਾਨ, ਇਹ ਨਿਧਿਆਸਨ ਦੀ ਅਵਸਥਾ ਦਾ ਸਾਰਾ ਜ਼ਿਕਰ ਹੈ। ਇਸ ਕਰਕੇ ਫਿਰ ਮਹਾਰਾਜ ਕਹਿੰਦੇ ਮਨ ਅੱਗੇ ਜਾ ਕੇ ਟਿਕਦਾ, ਜੁੜਦਾ ਹੈ ਗੁਰੂ ਦੇ, ਪਰਮੇਸ਼ਰ ਦੇ
ਵਾਹਿਗੁਰੂ ਦੇ ਚਰਨਾਂ ਵਿੱਚ ਗੁਰ ਸ਼ਬਦ ਵਿੱਚ ਨਾਮ ਵਿੱਚ ਤੀਨੋ ਜਪ ਇਕੱਤਰ ਦਿਨ ਇਨਹੇਰ ਜਦੋਂ ਦੇਖ ਲਵੇ ਵੀ ਮਨ ਸੁਣਨ ਵਿੱਚ ਲੱਗ ਗਿਆ, ਮਨ ਜੁੜਨ ਲੱਗ ਗਿਆ, ਮੰਨਣ ਵੀ ਕਰ ਲਿਆ, ਜੋ ਉਪਦੇਸ਼ ਕਿਹਾ ਉਹਨੂੰ ਮੰਨ ਲਿਆ, ਅੱਗੇ ਮਨ ਟਿਕ ਵੀ ਗਿਆ, ਜਦੋਂ ਤਿੰਨੇ ਹੀ ਇੱਕ ਥਾਂ 'ਤੇ ਇਕੱਤਰ ਹੋ ਜਾਣ, ਭਾਵ ਜੁੜ ਜਾਣ, ਇੱਕ ਅਵਸਥਾ ਤਿੰਨਾਂ ਦੀ ਬਣ ਜਾਏ, ਤਿੰਨਾਂ ਦੀ ਧਾਰਾ ਦਾ ਚੱਲਦਾ ਪ੍ਰਵਾਹ ਇੱਕ ਥਾਂ 'ਤੇ ਆ ਕੇ ਇਕੱਠਾ ਹੋ ਜਾਏ, ਗੰਗਾ ਜਮਨਾ ਸਰਸਤੀ ਕਹਿੰਦੇ ਆ ਨਾ, ਗੰਗਾ ਕੀ ਹੈ ਸਰਵਣ ਕਰਨਾ, ਜਮਨਾ ਕੀ ਹੈ ਮੰਨਣ ਕਰਨਾ, ਸੁਰਸਤੀ ਕੀ ਹੈ ਨਿਧਿਆਸਨ ਕਰਨਾ, ਤਿੰਨਾਂ ਦੀ ਧਾਰਾ ਜਦੋਂ ਇੱਕ ਥਾਂ 'ਤੇ ਸੰਗਤ ਦੀ ਆ ਕੇ ਜੁੜ ਜਾਂਦੀ ਹੈ, ਇਕੱਤਰ ਹੋ ਜਾਂਦੀ ਹੈ, ਏਕਤਾ ਨੂੰ ਪ੍ਰਾਪਤ ਕਰਦੀ ਹੈ, ਤਬ ਠਹਿਰੈ ਸਿੱਖ ਦੇ ਸਿੱਖ ਕੇ ਉਰ ਮਾਹੇ, ਫੇਰ ਮਹਾਰਾ ਕਿਤੇ ਕਹਿੰਦੇ ਗੁਰੂ ਦਾ ਉਪਦੇਸ਼ ਜਿਹੜਾ ਨਾਮ ਹੈ ਸਿੱਖ ਦੇ ਹਿਰਦੇ ਵਿੱਚ ਵਸਦਾ, ਇੱਥੇ ਨਾਮ ਦਾ ਭਾਵ ਲੱਗੇਗਾ, ਉਪਦੇਸ਼ ਨਾਮ ਸਿੱਖ ਦੇ ਹਿਰਦੇ ਵਿੱਚ ਫੇਰ ਠਹਿਰਦਾ ਜਾ ਕੇ। ਆਪਾਂ ਲੋਚਦੇ ਹਾਂ ਕਿ ਪਹਿਲੇ ਦਿਨ ਹੀ ਸਾਰਾ ਕੁਝ ਹਾਸਲ ਕਰ ਲਈਏ, ਨਹੀਂ ਭਾਈ, ਮਹਾਰਾਜ ਕਹਿੰਦੇ ਸਿੱਖ ਦੇ ਹਿਰਦੇ ਵਿੱਚ ਫੇਰ ਜਾ ਕੇ ਨਾਮ ਠਹਿਰਦਾ ਹੈ, ਨਾਮ ਵਸਦਾ ਹੈ, ਰਹਿ ਵਿਚਾਰਤ ਬਿਸਰਹਿ ਨਾਹੀ, ਫੇਰ ਕਹਿੰਦੇ ਉਹਨੂੰ ਇਹ ਬ੍ਰਹਮ ਵਿਚਾਰ ਪ੍ਰਾਪਤ ਹੋ ਜਾਂਦੀ ਹੈ, ਨਾਮ ਭੁੱਲਦਾ ਨਹੀਂ ਪਰਮੇਸ਼ਰ ਦਾ, ਅੱਠੇ ਪਹਿਰ ਧਿਆਨ ਨਾਮ ਵਿੱਚ ਲੱਗ ਜਾਂਦਾ, ਫਿਰ ਉਹ ਵਾਹਿਗੁਰੂ ਦਾ ਨਾਮ ਨਹੀਂ ਕਦੇ ਵਿਸਰਦਾ। ਸ਼ਰਵਨ ਕਰਨ ਹੈ ਦੋਏ ਪ੍ਰਕਾਰ, ਹੁਣ ਸਤਿਗੁਰੂ ਜੀ ਹੋਰ ਖੋਲ੍ਹ ਕੇ ਦੱਸਦੇ ਹੈ ਕਿ ਜਿਹੜਾ ਸਰਵਣ ਕਰਨਾ ਸੁਣਨਾ ਨਾ, ਇਹ ਦੋ ਪ੍ਰਕਾਰ ਦਾ ਹੈ। ਸੁਣੈ ਸਥਿਤ ਸਤਸੰਗ ਮਝਾਰ, ਔਰ ਸੁਣਿਆ ਵੀ ਸੰਗਤ ਦੇ ਵਿੱਚ ਬੈਠ ਕੇ ਆ, ਇਕਾਗਰ ਮਨ ਕਰਕੇ ਐਨ ਸਾਵਧਾਨ ਹੋ ਕੇ ਬੈਠਣਾ ਸਤਸੰਗਤ ਦੇ ਵਿੱਚ, ਸਾਵਧਾਨ ਇਕਾਗਰ ਚੀਤ, ਇਉਂ ਸਾਵਧਾਨ ਤਿਆਰ ਪ੍ਰਤਿਆਰ ਹੋ ਕੇ ਬੈਠਣਾ, ਢਿੱਲੇ ਜੇ ਨਹੀਂ ਬੈਠਣਾ, ਆਲਸੀ ਬਿਰਤੀ ਨਾਲ ਨਹੀਂ ਬੈਠਣਾ, ਇਉਂ ਸੰਗਤ ਦੇ ਵਿੱਚ ਐਨ ਸਾਵਧਾਨ ਹੋ ਕੇ ਬੈਠਣਾ, ਔਰ ਸੰਗਤ ਦੇ ਵਿੱਚ ਮਨ ਨੂੰ ਵੀ ਔਰ ਸਰੀਰ ਨੂੰ ਵੀ ਇਕਾਗਰ ਕਰਕੇ ਰੱਖਣਾ ਹੁੰਦਾ। ਸਰੀਰ ਦੀ ਇਕਾਗਰਤਾ ਕੀ ਆ, ਹੱਥ ਪੈਰ ਨਾ ਹਿੱਲਣ, ਸਿਰ ਨਾ ਹਿੱਲੇ, ਔਰ ਇੰਦਰੀਆਂ ਨਾ ਇੱਧਰ ਉੱਧਰ ਝਾਕਣ, ਇਸ ਕਰਕੇ ਸਰੀਰ ਨੂੰ ਵੀ ਇਕਾਗਰ ਕਰਨਾ ਪੈਂਦਾ ਸਾਵਧਾਨੀ ਦੇ ਨਾਲ, ਇਉਂ ਸਤਸੰਗਤ ਦੇ ਵਿੱਚ ਸਾਵਧਾਨੀ ਨਾਲ ਬੈਠਣਾ ਕਰੇ। ਮਨ ਤਹਿ ਦਿਸ਼ ਮਹਿ ਦੌਰਤ ਫਿਰੈ, ਪਰ ਮਨ ਨਹੀਂ ਰੁਕਦਾ, ਕਹਿੰਦੇ ਦਸੋ ਦਿਸ਼ਾ ਦੇ ਵਿੱਚ, ਕਦੇ ਦੂ ਉੱਤਰ ਪੂਰਬ ਦੱਖਣ 'ਚ ਚਲੇ ਗਿਆ, ਕਦੇ ਵਾਯਵ ਕੋਣ ਵਿੱਚ, ਈਸ਼ਾਨ ਕੋਣ ਵਿੱਚ, ਅਗਨ ਕੋਣ ਵਿੱਚ, ਇਹ 10 ਦਿਸ਼ਾਵਾਂ ਹਨ, ਇਹਨਾਂ ਵਿੱਚ ਦੌੜਦਾ ਫਿਰਦਾ ਹੈ ਮਨ ਜਿਹੜਾ ਹੈ। ਕਹਾਂ ਕਹਿ ਕੁਛ ਹਿਰਦੈ ਨ ਧਰੈ, ਕੀ ਰਾਗੀ ਕਹਿ ਰਹੇ ਆ, ਕੀ ਕਥਾ ਵਾਚ ਕਹਿ ਰਿਹਾ, ਕੁਝ ਨਹੀਂ ਮਨ ਵਿੱਚ ਧਾਰਨ ਕਰਦਾ, ਭਾਵ ਕੰਨਾਂ ਤੋਂ ਥੱਲੇ ਗੱਲ ਜਾਂਦੀ ਨਹੀਂ, ਸਮਝ ਹੀ ਨਹੀਂ ਪੈਂਦੀ, ਬੁੱਧੀ ਇੰਨੀ ਸਥੂਲ, ਬੁੱਧੀ ਇੰਨੀ ਮੋਟੀ ਹੋ ਚੁੱਕੀ ਹੈ ਕਿ ਕੁਝ ਵੀ ਪੱਲੇ ਨਹੀਂ ਪੈਂਦਾ, ਬੈਠਾ ਭਾਵੇਂ ਸੰਗਤ ਵਿੱਚ ਹੀ ਹੈ। ਤਨ ਕਪੁੰਨ ਇਸ ਸਰਵਨ ਬਖਾਨ, ਇਹੋ ਜੇ ਸੁਣਨ ਦਾ ਜਿਹੜਾ ਫਲ ਹੈ, ਸੰਗਤ ਵਿੱਚ ਆ ਗਿਆ, ਬੈਠ ਗਿਆ, ਪਰ ਮਨ ਨਹੀਂ ਰੁਕਿਆ, ਮਨ ਨਹੀਂ ਟਿਕਿਆ,
ਇਸ ਦਾ ਬਹੁਤਾ ਫਲ ਨਹੀਂ ਮਾਰਾ। ਕਹਿੰਦੇ ਥੋੜ੍ਹਾ ਜਿਹਾ ਪੁੰਨ ਜ਼ਰੂਰ ਹੈ, ਥੋੜ੍ਹਾ ਜਿਹਾ ਫਲ ਜ਼ਰੂਰ ਹੈ ਕਿ ਪਾਪ ਕਰਮ ਕਰਨ ਵੱਲੋਂ ਤਾਂ ਬਚ ਗਿਆ ਨਾ, ਕੁਸੰਗਤ ਵਿੱਚੋਂ ਜਾਣ ਤੋਂ ਤਾਂ ਹਟ ਗਿਆ, ਗੁਰੂ ਕੀ ਸੰਗਤ ਵਿੱਚ ਤਾਂ ਆ ਗਿਆ ਨਾ, ਹਾਜ਼ਰੀ ਤਾਂ ਲੱਗੀ ਹੈ ਨਾ। ਥੋੜ੍ਹਾ ਜਿਹਾ ਫਲ ਜ਼ਰੂਰ ਹੈ ਜੇ ਸੰਗਤ ਵਿੱਚ ਬੈਠਾ ਪਰ ਮਨ ਨਹੀਂ ਰੋਕਿਆ, ਸਰੀਰ ਕਰਕੇ ਆ ਕੇ ਬੈਠ ਗਿਆ, ਤਾਂ ਵੀ ਇਸ ਦਾ ਥੋੜ੍ਹਾ ਫਲ ਜ਼ਰੂਰ ਮਿਲਦਾ ਹੈ। ਜਨ ਭੂਤਨ ਅਗਨ ਸਮਾਨ, ਪ੍ਰਮਾਣ ਦਿੰਦੇ ਆ ਕਿ ਭੂਤਾਂ ਦੀ ਅਗਨੀ ਦੇ ਸਮਾਨ ਹੈ ਇਹਦਾ ਫਲ। ਕਿਵੇਂ ਅੱਗੇ ਦੱਸਦੇ ਆ, ਪਾਪ ਦਗਦ ਨਹਿ ਇਸ ਤੇ ਹੋਏ। ਉਹ ਪੁਰਾਣੇ ਸਮਿਆਂ ਵਿੱਚ ਸਾਧ ਸੰਗਤ ਦੀ ਅੱਗ ਦੀਆਂ ਚੰਗਿਆੜੀਆਂ ਜੀਆਂ, ਅੱਜ ਕੱਲ੍ਹ ਜੇਠ ਹਾੜ ਦੇ ਦਿਨਾਂ ਵਿੱਚ ਦੂਰ ਦੂਰ ਲੋਹਾਂ ਚੱਲਦੀਆਂ ਹੁੰਦੀਆਂ ਸਨ, ਅਤੇ ਉਹ ਅੱਗ ਦੀਆਂ ਚੰਗਿਆੜੀਆਂ ਜੀਆਂ ਭਟਕਦੀਆਂ ਹੋਈਆਂ, ਜਗਦੀਆਂ ਬੁੱਝਦੀਆਂ ਹੋਈਆਂ, ਜਾਂ ਅੱਗ ਦੀ ਲਾਟ ਜੀ ਜਗਦੀ ਬਲਦੀ ਜੀ, ਉਹ ਦੂਰੋਂ ਦਿਖਾਈ ਨਹੀਂ ਦੇਣੀ। ਉਸ ਨੂੰ ਲੋਕ ਕਿਹਾ ਕਰਦੇ ਸਨ ਕਿ ਭੂਤਾਂ ਦੀ ਅੱਗ ਹੈ। ਕਈ ਵਾਰ ਕਹਿ ਨਹੀਂ ਦਿੰਦੇ ਸਨ ਕਿ ਉਹ ਦੇਖੋ ਅੱਗ ਦੀ ਲਾਟ ਬਲਦੀ ਹੈ, ਜਦੋਂ ਉੱਥੇ ਜਾਣਾ ਕੁਝ ਵੀ ਨਾ। ਉਹਨੂੰ ਲੋਕ ਭੂਤਾਂ ਦੀ ਅੱਗ ਕਿਹਾ ਕਰਦੇ ਸਨ। ਇੱਕ ਪ੍ਰਮਾਣ ਸੀ, ਵਿਚਾਰ ਸੀ ਧਰਤੀ 'ਤੇ ਅੰਬਰ ਦੀ ਤਪਸ਼ ਵਿੱਚੋਂ ਇਹੋ ਜਿਹਾ ਕੁਝ ਨਾ ਕੁਝ ਗਰਮੈਸ਼ ਦਾ ਜਾਂ ਤਪਸ਼ ਦਾ ਜਾਂ ਬਹੁਤੀ ਗਰਮੀ ਦਾ ਅਸਰ ਦਿਖਾਈ ਦਿਆ ਕਰਦਾ ਸੀ। ਪਰ ਕਹਿੰਦੇ ਉਹ ਜਿਹੜੀ ਭੂਤਾਂ ਦੀ ਅੱਗ ਦਿਸਦੀ ਹੈ ਨਾ, ਉਹ ਸਵਾਰਦੀ ਕੁਝ ਨਹੀਂ, ਨਾ ਕੁਝ ਸਾੜਦੀ ਹੈ ਨਾ ਕੁਝ ਬਣਾਉਂਦੀ ਹੈ, ਕੇਵਲ ਦਿਸਣ ਮਾਤਰ ਹੈ ਉਹ। ਇਸੇ ਤਰ੍ਹਾਂ ਕਹਿੰਦੇ ਇਸ ਨਾਲ ਸੰਗਤ ਵਿੱਚ ਬਹਿ ਗਿਆ, ਮਨ ਨਹੀਂ ਰੋਕਿਆ, ਪਾਪ ਨਹੀਂ ਸੜਨਗੇ, ਕਹਿੰਦੇ ਪਾਪਾਂ ਦਾ ਨਾਸ਼ ਨਹੀਂ ਹੋਏਗਾ। ਇੱਕ ਮਨ ਹੋਏ ਸੁਣੈ ਸਿੱਖ ਜੋਏ, ਥੋੜ੍ਹਾ ਜਿਹਾ ਫਲ ਜ਼ਰੂਰ ਮਿਲੇਗਾ ਕਿ ਸੰਗਤ ਵਿੱਚ ਆ ਗਿਆ। ਦੂਜਾ ਸੁਣਨਾ ਇੱਕ ਮਨ ਹੋ ਕੇ, ਜਿਹੜੇ ਸਿੱਖ ਸੰਗਤ ਵਿੱਚ ਬੈਠ ਕੇ ਗੁਰੂ ਕਾ ਜਸ ਸੁਣਦੇ ਹਨ। ਸੋ ਚੁੱਲ੍ਹੇ ਕੀ ਅਗਨ ਵਿਚਾਰ, ਵਿਚਾਰ ਲਓ ਕਿ ਉਹ ਚੁੱਲ੍ਹੇ ਵਿੱਚ ਬਲਦੀ ਅੱਗ ਦੀ ਤਰ੍ਹਾਂ ਹੈ। ਸਭ ਕਾਰਜ ਕੋ ਦੇਤ ਸਵਾਰ, ਹੁਣ ਚੁੱਲ੍ਹੇ ਦੀ ਅੱਗ ਸਾਧ ਸੰਗਤ ਜੀ ਪ੍ਰਸ਼ਾਦੇ ਵੀ ਪਕਾ ਦਿੰਦੀ ਹੈ, ਦਾਲਾਂ ਭਾਜਾ ਖੀਰ ਕੜਾਹ ਸਭ ਕੁਝ ਬਣਾ ਦਿੰਦੀ ਹੈ, ਸਾਰੇ ਕਾਰਜਾਂ ਨੂੰ ਜਿਵੇਂ ਸਵਾਰ ਦਿੰਦੀ ਹੈ ਚੁੱਲ੍ਹੇ ਦੀ ਅੱਗ ਜੋ ਬਲਦੀ ਹੈ। ਜੇਕਰ ਤਿਸ ਪਰ ਜਲ ਦੇ ਪਾਏ, ਜੇਕਰ ਉਹ ਬਲਦੀ ਅੱਗ ਦੇ ਉੱਤੇ ਪਾਣੀ ਪਾ ਦਿੱਤਾ ਜਾਵੇ ਬੁਝਾਉਣ ਵਾਸਤੇ, ਬੁਝੈ ਤੁਰਤ ਨਹਿ ਤਪਤ ਰਹਾਏ, ਤੁਰੰਤ ਨਹੀਂ ਬੁਝਦੀ ਉਹਦੀ ਤਪਸ਼, ਉਹਦੀ ਗਰਮੈਸ਼ ਬਾਅਦ ਦੇ ਵਿੱਚ ਵੀ ਬਣੀ ਰਹਿੰਦੀ ਹੈ। ਚੁੱਲ੍ਹਾ ਤਪਿਆ ਹੁੰਦਾ, ਥੱਲੇ ਵਾਲੀ ਧਰਤੀ ਤਪੀ ਹੁੰਦੀ ਹੈ, ਤਪਸ਼ ਫੇਰ ਵੀ ਕੁਝ ਨਾ ਕੁਝ ਰਹਿੰਦੀ ਹੈ, ਇਕਦਮ ਨਹੀਂ ਠੰਡੀ ਹੁੰਦੀ। ਤਿਮ ਕਰਕੇ ਕਾਰਜ ਪਰ ਜਾਏ, ਇਸ ਤਰ੍ਹਾਂ ਕਹਿੰਦੇ ਦੂਜਾ ਸੁਣਨਾ ਕੀ ਹੈ, ਮਨ ਦੇ ਕੇ ਸੁਣਿਆ ਪੂਰੇ ਇਕਾਗਰ ਮਨ ਨਾਲ। ਇਕਾਗਰ ਮਨ ਦੀ ਨਿਸ਼ਾਨੀ ਹੈ ਜਦੋਂ ਬਾਹਰ ਗਏ ਕਿਸੇ ਨੇ ਪੁੱਛਿਆ ਕੀ ਕਥਾ ਸੁਣੀ, ਦੱਸ ਦਿੱਤਾ ਵੀ ਆਹ ਆ ਅਰਥ, ਆ ਸਾਖੀਆਂ, ਆ ਦ੍ਰਿਸ਼ਟਾਂਤ, ਆ ਪ੍ਰਮਾਣ ਸੁਣੇ ਹਨ, ਜਾਂ ਗੁਰਬਾਣੀ ਦਾ ਪੁੱਛ ਲਿਆ ਵੀ ਸ਼੍ਰੀ ਮੁੱਖ ਵਾਕ ਕੀ ਆਇਆ, ਜੇ ਧਿਆਨ ਨਾਲ ਸੁਣਿਆ ਤਾਂ ਅੱਖਰ ਅੱਖਰ ਬੋਲ ਕੇ ਇਕਾਗਰ ਮਨ ਵਾਲਾ ਦੱਸ ਦਿੰਦਾ। ਇਸੇ ਤਰ੍ਹਾਂ ਕੀਰਤਨ ਦੇ ਸ਼ਬਦਾਂ ਦਾ ਦੱਸ ਦਿੰਦਾ ਵੀ ਆਹ ਆਹ ਸ਼ਬਦ ਰਾਗੀ ਸਿੰਘਾਂ ਨੇ ਕੀਰਤਨ ਕੀਤਾ,
ਇਉਂ ਕਹਿੰਦੇ ਉਹ ਜਿਹੜਾ ਸੁਣਨਾ ਹੈ ਨਾ ਉਹ ਜੀਵਨ ਵਿੱਚ ਬਹੁਤ ਵੱਡਾ ਫਲ ਦਿੰਦਾ ਇਕਾਗਰ ਮਨ ਨਾਲ। ਚੁੱਲ੍ਹੇ ਦੀ ਅੱਗ ਜਦੋਂ ਬਹੁਤ ਸਾਰੇ ਕੰਮ ਸਵਾਰ ਦਿੰਦੀ ਹੈ ਇਸ ਤਰ੍ਹਾਂ ਉਹਦੇ ਨਾਲ ਬਹੁਤ ਵੱਡਾ ਲਾਭ ਜੀਵਨ ਵਿੱਚ ਮਹਾਰਾਜ ਕਹਿੰਦੇ ਫਲ ਪ੍ਰਾਪਤ ਹੁੰਦਾ। ਪਰ ਜਦੋਂ ਘਰ ਦੇ ਕੰਮਾਂ ਵਿੱਚ ਪੈ ਗਿਆ ਜਾ ਕੇ ਲੱਗ ਗਿਆ ਹੈ ਸਤਨਾਮ ਕੋ ਦੇ ਬਿਸਰਾਏ, ਫਿਰ ਨਾਮ ਨੂੰ ਭੁੱਲ ਜਾਂਦਾ। ਜਿੰਨਾ ਚਿਰ ਸੰਗਤ ਵਿੱਚ ਰਿਹਾ ਬਾਹਰ ਗਿਆ ਉਨਾ ਚਿਰ ਯਾਦ ਰਿਹਾ, ਮਨ ਇਕਾਗਰ ਸੀ, ਪਰ ਜਦੋਂ ਕੰਮਾਂ ਵਿੱਚ ਖਚਤ ਹੋ ਗਿਆ ਘਰਦਿਆਂ ਵਿੱਚ ਫਿਰ ਨਾਮ ਭੁੱਲ ਗਿਆ, ਸਿਮਰਨ ਭੁੱਲ ਗਿਆ ਵਾਹਿਗੁਰੂ ਦਾ, ਸਰਵਨ ਪਿਛਾਰੀ ਮਨ ਨਜੇ ਹੋਏ। ਇਸ ਕਰਕੇ ਕਹਿੰਦੇ ਇਹ ਦੂਸਰਾ ਸੁਣਨਾ ਮਨ ਦੀ ਇਕਾਗਰਤਾ ਦਾ, ਉਹਦੇ ਨਾਲ ਬਹੁਤ ਵੱਡਾ ਫਲ ਮਿਲਦਾ ਹੈ। ਹੁਣ ਅੱਗੇ ਚੱਲਦਾ ਮੰਨਣ ਦਾ, ਵੀ ਸਰਵਣ ਤੋਂ ਬਾਅਦ, ਸੁਣਨ ਤੋਂ ਬਾਅਦ ਸੁਣਿਆ, ਫਿਰ ਆ ਗਿਆ ਮੰਨਿਆ। ਮੰਨਣ ਕਰਨਾ ਗੁਰੂ ਦਾ ਉਪਦੇਸ਼, ਮੰਨ ਲੈਣਾ, ਮੰਨ ਕੀ ਲੈਣਾ, ਪ੍ਰਵਾਨ ਕਰ ਲੈਣਾ ਕਿ ਮੈਂ ਇਹ ਉਪਦੇਸ਼ ਅੱਜ ਤੋਂ ਕਮਾਵਾਂਗਾ ਜੀਵਨ ਵਿੱਚ। ਪਾਵਕ ਤੜਤਾ ਕੀ ਸਮ ਸੋਏ, ਕਹਿੰਦੇ ਉਹ ਤਾਂ ਫਿਰ ਆਕਾਸ਼ੀ ਬਿਜਲੀ ਦੀ ਤਰ੍ਹਾਂ ਹੈ। ਜਿਹੜੀ ਅਸਮਾਨੀ ਬਿਜਲੀ ਹੁੰਦੀ ਹੈ ਨਾ, ਮੰਨਣ ਕਰਨ ਦਾ ਐਡਾ ਵੱਡਾ ਫਲ ਹੈ ਜਿਹੜੇ ਮੰਨ ਲੈਂਦੇ ਆ ਗੁਰੂ ਦੀ ਸਿੱਖਿਆ ਨੂੰ। ਚਲ ਅਸੰਖ ਮਹਿ ਬਾਸੋ ਤਾਹੇ, ਜਿਹੜੀ ਅਸਮਾਨੀ ਬਿਜਲੀ ਹੈ ਨਾ, ਅਸੰਖਾਂ ਮਨ ਜਲ ਸਮੁੰਦਰ ਦਾ ਵਸਦਾ ਹੈ ਸਮੁੰਦਰ ਦੇ ਵਿੱਚ। ਤੇਜ ਹਾਨ ਕਰ ਬੁਝੈ ਨਾ ਬੁਝੈ ਸੋ ਨਾਹੇ, ਪਰ ਉਸ ਅਗਨੀ ਨੂੰ ਨਾ ਜਿਹੜੀ ਅਸਮਾਨੀ ਬਿਜਲੀ ਦੀ ਅੱਗ ਹੈ ਉਹਨੂੰ ਅਸੰਖਾਂ ਮਨ ਪਾਣੀ ਵੀ ਨਹੀਂ ਬੁਝਾ ਸਕਦਾ, ਔਰ ਉਹਨੂੰ ਹਵਾ ਵੀ ਨਹੀਂ ਬੁਝਾ ਸਕਦੀ, ਔਰ ਉਹਦੇ ਤੇਜ ਨੂੰ ਭਾਵ ਜਿਹੜਾ ਉਹਦਾ ਪ੍ਰਕਾਸ਼ ਹੈ ਉਸ ਨੂੰ ਵੀ ਉਹ ਨਾਸ ਨਹੀਂ ਕਰ ਸਕਦੇ। ਉਹ ਪਾਣੀ ਦੇ ਵਿੱਚ ਵੀ ਚਮਕਦੀ ਹੈ, ਪਾਣੀ ਵਿੱਚ ਵੀ ਆਪਣਾ ਤੇਜ ਪ੍ਰਤਾਪ ਦਾ ਚਮਕਾਰਾ ਮਾਰਦੀ ਹੈ ਸਮੁੰਦਰ ਦੇ ਅੰਦਰ, ਔਰ ਦੂਸਰਾ ਉਹ ਬੁਝਾਇਆ ਵੀ ਨਹੀਂ ਬੁਝਦੀ ਹੈ। ਕਰ ਕੇ ਸਰਵਨ ਜੋ ਧਰੈ ਵਿਚਾਰੇ, ਇਸ ਤਰ੍ਹਾਂ ਜਿਹੜੇ ਸੁਣ ਕੇ ਹਿਰਦੇ ਵਿੱਚ ਧਾਰਨ ਕਰਦੇ ਆ, ਵਿਚਾਰ ਕਰਦੇ ਆ ਉਪਦੇਸ਼ ਦੀ, ਕਾਜ ਕਰਤ ਸੋ ਨਹੀਂ ਵਿਸਾਰੇ, ਕੰਮ ਕਰਦਿਆਂ ਵੀ ਪਰਮੇਸ਼ਰ ਦਾ ਨਾਮ ਨਹੀਂ ਜਿਨ੍ਹਾਂ ਨੂੰ ਭੁੱਲਿਆ, ਯਾਦ ਹੈ ਵਾਹਿਗੁਰੂ ਦਾ ਨਾਮ। ਰੱਖੈ ਸਿਮਰਨ ਸੋ ਸਭ ਕਾਲ, ਉਹ ਭਾਈ ਕਹਿੰਦੇ ਉਹਨਾਂ ਉੱਤੇ ਇਹ ਕਿਰਪਾ ਹੈ ਮੰਨਣ ਦੀ ਕਿ ਉਹਨਾਂ ਨੂੰ ਇਹ ਅਵਸਥਾ ਪ੍ਰਾਪਤ ਹੋ ਗਈ ਕਿ ਜਿਵੇਂ ਅਸਮਾਨੀ ਬਿਜਲੀ ਨਹੀਂ, ਨਾ ਉਹਦਾ ਤੇਜ ਨਾ ਉਹਦੀ ਅਗਨੀ ਕਿਸੇ ਵੀ ਤਰ੍ਹਾਂ ਨਹੀਂ, ਉਹ ਮਿਟਦੀ ਨਾਸ ਨਹੀਂ ਹੁੰਦੀ, ਇਸੇ ਤਰ੍ਹਾਂ ਮੰਨਣ ਵਾਲਿਆਂ ਦੀ ਜਿਹੜੀ ਅਵਸਥਾ ਹੈ ਉਹ ਗੁਰੂ ਦੇ ਸ਼ਬਦ ਵਿੱਚ ਜੁੜੀ ਰਹਿੰਦੀ ਹੈ ਅੱਠੇ ਪਹਿਰ। ਉਹਨਾਂ ਨੂੰ ਪਰਮੇਸ਼ਰ ਦਾ ਨਾਮ ਨਹੀਂ ਕਦੇ ਭੁੱਲਦਾ, ਵਾਹਿਗੁਰੂ ਦੇ ਨਾਮ ਦੀ ਵਿਚਾਰ ਵਿੱਚ ਮੰਨਣ ਵਿੱਚ ਮਨ ਜੁੜਿਆ ਰਹਿੰਦਾ ਹੈ। ਜੇ ਨਿਧਿਆਸਨ ਕਰੇ ਸੰਭਾਲ, ਅੱਗੇ ਨਿਧਿਆਸਨ ਦੀ ਅਵਸਥਾ ਵੀ, ਰੱਖੇ ਸਿਮਰਨ ਸੋ ਸਭ ਕਾਲ, ਹਰ ਸਮੇਂ ਪਰਮੇਸ਼ਰ ਦਾ ਨਾਮ ਯਾਦ ਰੱਖਣਾ ਭੁੱਲਣਾ ਨਹੀਂ, ਇਹ ਨਿਧਿਆਸਨ ਹੈ। ਇਸ ਦੀ ਸੰਭਾਲ ਕੀ ਕਰਨੀ ਹੈ, ਸੁਣੋ। ਸੁਣੈ ਵਿਚਾਰੈ ਲੱਗਿਓ ਕਮਾਵਨ, ਜਿਹੜਾ ਸੁਣ ਲਿਆ ਵਿਚਾਰ ਲਿਆ ਉਹਨੂੰ ਕਮਾਉਣਾ ਜੀਵਨ ਦੇ ਵਿੱਚ।
ਤਨ ਮਨ ਤੇ ਹੋਵੇ ਬਹੁ ਪਾਵਨ। ਨਿਧਿਆਸਣ ਵਾਲਾ ਜਿਹਦਾ ਧਿਆਨ ਨਹੀਂ ਟੁੱਟਦਾ, ਅੱਠੇ ਪਹਿਰ ਲੱਗਾ ਰਹਿੰਦਾ ਨਾਮ ਵਿੱਚ, ਮਨ ਉੱਤੇ ਦੂਜੀਆਂ ਬਿਰਤੀਆਂ ਨਹੀਂ ਭਾਰੂ ਹੁੰਦੀਆਂ, ਮਨ ਦੀਆਂ ਬਿਰਤੀਆਂ ਨੂੰ ਰੋਕ ਲਿਆ ਜਿਹਨੇ, ਪੂਰੀ ਇਕਾਗਰਤਾ ਬਣ ਗਈ, ਉਹਦਾ ਤਨ ਵੀ ਉਹਦਾ ਮਨ ਵੀ ਬਹੁਤ ਜ਼ਿਆਦਾ ਪਵਿੱਤਰ ਹੋ ਜਾਂਦਾ, ਉਹ ਪਵਿੱਤਰਤਾ ਦੀ ਮੂਰਤ ਬਣ ਜਾਂਦਾ ਹੈ। ਸਤਿਗੁਰੂ ਆਖਦੇ ਸੋ ਬੜਵਾ ਨਲ ਭਈ ਪ੍ਰਕਾਸ਼, ਉਹ ਬਣ ਬੜਵਾ ਨਲ ਅਗਨੀ ਦੀ ਤਰ੍ਹਾਂ ਅੱਠੇ ਪਹਿਰ ਪ੍ਰਕਾਸ਼ ਦੀ, ਅੱਠੇ ਪਹਿਰ ਜਗਦੀ ਰਹਿੰਦੀ ਹੈ। ਰਹਿ ਸਿੰਧ ਜਲ ਕਰਹਿ ਵਿਨਾਸ਼, ਸਾਧ ਸੰਗਤ ਜੀ ਬੜਵਾ ਨਲ ਅਗਨੀ ਕਿੱਥੇ ਰਹਿੰਦੀ ਹੈ? ਸਮੁੰਦਰ ਵਿੱਚ, ਔਰ ਸਮੁੰਦਰ ਦਾ ਹਜ਼ਾਰਾਂ ਲੱਖਾਂ ਸੰਖਾਂ ਮਣ ਜਿਹੜਾ ਪਾਣੀ ਹੈ ਨਾ, ਉਹ ਬਣ ਬੜਵਾ ਨਾਲ ਅਗਨੀ ਸਾੜੀ ਜਾਂਦੀ ਹੈ, ਉਹਨੂੰ ਪੀ ਜਾਂਦੀ ਹੈ। ਕਿਵੇਂ? ਸ਼ਾਸਤਰਾਂ ਵਿੱਚ ਜ਼ਿਕਰ ਆਇਆ ਹੈ, ਕਹਿੰਦੇ ਜਿਵੇਂ ਤਵੇ ਦੇ ਉੱਤੇ ਬੂੰਦ ਪਾਈ, ਇੱਕ ਸਕਿੰਟ ਤੋਂ ਪਹਿਲਾਂ ਸੜ ਕੇ ਨਾਸ ਹੋ ਜਾਂਦੀ ਹੈ, ਇਸੇ ਤਰ੍ਹਾਂ ਸਮੁੰਦਰ ਦਾ ਲੱਖਾਂ ਅਸੰਖਾਂ ਮਣ ਪਾਣੀ ਨਾ ਬਣਵਾ ਅਗਨੀਲੇ ਦੇ ਉੱਤੇ ਜਦੋਂ ਜਾਜਾ ਪੈਂਦਾ ਹੈ, ਤੇ ਤਵੇ ਦੇ ਪਾਣੀ ਉੱਤੇ ਪੈਣ ਦੀ ਤਰ੍ਹਾਂ ਉੱਥੇ ਸੜ ਸੜ ਕੇ ਸਵਾਹ ਹੋਈ ਜਾਂਦਾ। ਜੇ ਉਹ ਬੜਵਾ ਨਾਲ ਅਗਨੀ ਸਮੁੰਦਰ ਵਿੱਚ ਨਾ ਹੋਵੇ, ਪਰਮੇਸ਼ਰ ਨੇ ਉਹ ਰੱਖੀ ਹੈ, ਤਾਂ ਸਾਧ ਸੰਗਤ ਜੀ ਸਮੁੰਦਰ ਕਦੋਂ ਦਾ ਆਪਣੀ ਇਸ ਧਰਤੀ ਨੂੰ ਡੁਬੋ ਦਿੰਦਾ? ਪਰਮੇਸ਼ਰ ਨੇ ਉਹ ਐਸੀ ਹਰ ਥਾਂ 'ਤੇ ਸਮਤੋਲ ਬਣਾ ਕੇ ਰੱਖਿਆ ਹੋਇਆ ਸਾਰਾ ਪਸਾਰਾ, ਕਿੱਥੇ ਕਿੱਥੇ ਕਿਹੜੀ ਕਿਹੜੀ ਵਸਤੂ ਦੀ ਲੋੜ ਹੈ, ਉੱਥੇ ਉੱਥੇ ਵਾਹਿਗੁਰੂ ਨੇ ਉਸੇ ਉਸੇ ਤਰ੍ਹਾਂ ਦੀ ਸਾਰੀ ਪ੍ਰਕਿਰਤੀ ਦੀ ਰਚਨਾ ਰਚੀ ਹੋਈ ਹੈ। ਇਸ ਕਰਕੇ ਕਹਿੰਦੇ ਉਹ ਬੜਬਾ ਨਾਲ ਅਗਨੀ ਦੀ ਤਰ੍ਹਾਂ ਹੈ, ਉਹ ਸਮੁੰਦਰ ਵੀ ਉਹਨੂੰ ਬੁਝਾ ਨਹੀਂ ਸਕਦਾ, ਉਲਟਾ ਸਮੁੰਦਰ ਦੇ ਪਾਣੀ ਨੂੰ ਸਾੜ ਦਿੰਦੀ ਹੈ, ਪਰ ਸਮੁੰਦਰ ਦਾ ਪਾਣੀ ਉਸ ਦਾ ਕੋਈ ਨੁਕਸਾਨ ਨਹੀਂ ਕਰ ਸਕਦਾ। ਜਲ ਬ੍ਰਿੰਦਨ ਤੇ ਬੁਝੈ ਸੋ ਨਾਹੀਂ, ਬਹੁਤੇ ਜਲ ਤੋਂ ਬੁੱਝਦੀ ਨਹੀਂ ਆ ਕਦੇ ਵਾਸਤੇ ਵੀ। ਜਲ ਪਾਪਨ ਨਿਤ ਕਰਤੀ ਦਾਹੇ, ਨਿਧਿਆਸਨ ਵਾਲੇ ਦੀ ਅਵਸਥਾ ਕੀ ਹੈ? ਜਦੋਂ ਮਨ ਅਤੇ ਬਿਰਤੀਆਂ ਐਨ ਇਕਾਗਰ ਹੋ ਗਈਆਂ, ਚਿੱਤ ਚਰਨ ਕਮਲ ਕਾ ਆਸਰਾ, ਚਿੱਤ ਚਰਨ ਕਮਲ ਸੰਗ ਜੋੜੀ ਹੈ, ਮਨ ਲੋਚੈ ਬੁਰਿਆਈਆਂ, ਗੁਰ ਸ਼ਬਦ ਹੀ ਉਹ ਮਨ ਹੋੜੀ ਹੈ, ਇਉਂ ਭਾਈ ਗੁਰ ਸ਼ਬਦ ਵਿੱਚ ਮਨ ਜੁੜ ਗਿਆ, ਬਿਰਤੀਆਂ ਸਾਰੀਆਂ ਨਾਮ ਵਿੱਚ ਜੁੜ ਗਈਆਂ, ਤਾਂ ਕਹਿੰਦੇ ਪਾਪਾਂ ਰੂਪ ਜਿਹੜਾ ਜਲ ਹੈ ਨਾ, ਜਿੰਨੇ ਮਰਜ਼ੀ ਪਾਪ ਹੋਣ, ਉਹਨਾਂ ਨੂੰ ਇਹ ਨਿਧਿਆਸਣ ਦੀ ਅਗਨੀ, ਨਿਧਿਆਸਣ ਦਾ ਤਪ ਤੇਜ ਪ੍ਰਕਾਸ਼ ਨਿਤਾ ਪ੍ਰਤੀ ਸਾੜ ਸਾੜ ਕੇ ਸਵਾਹ ਕਰੀ ਦਿੰਦਾ, ਪਾਪਾਂ ਨੂੰ ਦਗਧ ਕਰ ਦਿੰਦਾ। ਨਿਧਿਆਸਣ ਦਾ ਜਿਹੜਾ ਸਾਧਨ ਹੈ, ਤਥਾ ਸਥਿਰ ਹੋਵੇ ਨਿਤ ਗਿਆਨ, ਫਿਰ ਕਹਿੰਦੇ ਅੱਗੇ ਜਾ ਕੇ ਨਿਤ ਗਿਆਨ ਅਵਸਥਾ ਵਿੱਚ, ਉਹ ਕਿਹੜਾ ਗਿਆਨ ਹੈ? ਪਰਮੇਸ਼ਰ ਦੀ ਅਭੇਦਤਾ ਦਾ ਗਿਆਨ, ਉਸ ਵਿੱਚ ਗੁਰਮੁਖ ਸਦਾ ਲਈ ਉਹਦੀ ਅਵਸਥਾ ਸਥਿਰ ਹੋ ਜਾਂਦੀ ਹੈ, ਸੁਰਤ ਜੁੜ ਜਾਂਦੀ ਹੈ ਆਪਣੇ ਆਪੇ ਦੇ ਵਿੱਚ। ਸ਼੍ਰੀ ਸਤਿਗੁਰ ਤੇ ਸੁਣ ਕਰ ਕਾਨ, ਆਪਾਂ ਕੀ ਹੈ? ਪਰਮੇਸ਼ਰ ਦੀ ਪ੍ਰਾਪਤੀ ਹੋਣੀ, ਮਨ ਤੋਂ ਜੋਤ ਸਰੂਪ ਹੈ ਆਪਣਾ, ਮੂਲ ਪਛਾਣ ਆਪਣਾ ਮੂਲ ਹੈ ਵਾਹਿਗੁਰੂ। ਆਪਾਂ ਕੀ ਹੈ? ਆਪਣੇ ਪਰਮਾਤਮਾ ਦੇ ਵਿੱਚ, ਅਕਾਲ ਪੁਰਖ ਵਾਹਿਗੁਰੂ ਵਿੱਚ, ਸਤ ਚਿੱਤ ਆਨੰਦ ਵਿੱਚ ਮਨ ਦਾ ਜੁੜਿਆ ਜਾਣਾ, ਸੁਰਤ ਲੱਗ ਜਾਣੀ, ਲਿਵ ਲੱਗ ਜਾਣੀ, ਉਹਦਾ ਰੂਪ ਹੀ ਬਲ ਕੇ ਅੱਗੇ ਜਾ ਕੇ ਬਣ ਜਾਣਾ।
ਇਉਂ ਨਿੱਤ ਗਿਆਨ ਦੀ ਪ੍ਰਾਪਤੀ ਭਾਵ ਨਿੱਤ ਅਭੇਦਤਾ ਦੀ ਪ੍ਰਾਪਤੀ ਵਾਹਿਗੁਰੂ ਦੀ ਹੋ ਜਾਣੀ, ਉਹ ਮਨ ਫਿਰ ਉਹਨਾਂ ਦਾ ਸਦਾ ਉੱਥੇ ਸਥਿਰ ਹੋ ਜਾਂਦਾ ਹੈ, ਜੁੜ ਜਾਂਦਾ ਹੈ, ਮਨ ਪਰਮੇਸ਼ਰ ਦੇ ਚਰਨਾਂ ਵਿੱਚ ਰੁਕ ਜਾਂਦਾ ਹਮੇਸ਼ਾ ਹਮੇਸ਼ਾ ਲਈ ਨਿਰਵਿਕਲਪ ਸਮਾਧੀ ਦਾ। ਫਿਰ ਗੁਰਮੁਖ ਨੂੰ ਉੱਥੇ ਜਾ ਕੇ ਉਹ ਆਨੰਦ ਪ੍ਰਾਪਤ ਹੋ ਜਾਂਦਾ ਹੈ। ਸੋ ਸਤਿਗੁਰੂ ਜੀ ਨੇ ਬਚਨ ਕਹੇ ਕਿ ਭਾਈ ਕੰਨ ਦੇ ਕੇ ਸੁਣਨਾ ਕਰੋ। ਔਰ ਸਖਿਆਤ ਕਰ ਜਨ ਕੀਨਾ, ਜਿਨ੍ਹਾਂ ਨੇ ਹਿਰਦੇ ਵਿੱਚ ਪਰਮੇਸ਼ਰ ਨੂੰ ਸਾਖਿਆਤਕਾਰ ਕੀ ਪ੍ਰਤੱਖ ਕਰ ਲਿਆ, ਇਸ ਮੰਜ਼ਿਲ ਦੇ ਵਿੱਚ ਦੀ ਸਰਵਣ ਮੰਨਣ ਨਿਧਿਆਸਣ ਦੀ ਕਮਾਈ ਕਰਦਿਆਂ ਕਰਦਿਆਂ ਵਾਹਿਗੁਰੂ ਨੂੰ ਹਿਰਦੇ ਵਿੱਚ ਪ੍ਰਤੱਖ ਕਰ ਲਿਆ, ਜਿਨ੍ਹਾਂ ਨੇ ਵੇਖ ਲਿਆ ਪਰਮੇਸ਼ਰ ਵਾਹਿਗੁਰੂ ਨੂੰ ਆਪਣੇ ਸਾਹਮਣੇ, ਗਿਆਨ ਅੰਜਨ ਗੁਰਦੀਆ ਜਾਂ ਦਰਸ਼ਨ ਪਿਆਸੀ ਦਿਨਸ ਰਾਤ ਚਿਤਵਾ ਅਨੰਦ ਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸਤ ਵਾਹਿਗੁਰੂ ਔਰ ਸਖਿਆਤਕਾਰ ਹੋ ਜਾਏ ਉਹਨਾਂ ਦੇ ਹਿਰਦੇ ਵਿੱਚ। ਔਰ ਸਖਿਆਤਕਾਰ ਜਿਨ ਕੀਨਾ, ਜਿਨ੍ਹਾਂ ਨੇ ਹਿਰਦੇ ਵਿੱਚ ਵਾਹਿਗੁਰੂ ਨੂੰ ਪ੍ਰਤੱਖ ਪ੍ਰਗਟ ਕਰ ਲਿਆ ਹੈ, ਪ੍ਰਤੱਖ ਉਹਦੇ ਦਰਸ਼ਨ ਕਰ ਲਏ ਹਨ। ਨਭ ਸਮ ਸਭ ਮੈਂ ਬ੍ਰਹਮ ਸੋਚੀਨਾ, ਜਿਵੇਂ ਨਭ ਆਕਾਸ਼ ਸਾਰਿਆਂ ਵਿੱਚ ਵਿਆਪਕ ਹੈ ਨਾ ਸਾਰੀ ਥਾਂ ਤੇ, ਇਵੇਂ ਵਾਹਿਗੁਰੂ ਨੂੰ ਸਾਰਿਆਂ ਵਿੱਚ ਹੀ ਉਹਨਾਂ ਨੇ ਚੀਨਾ ਵੇਖ ਲਿਆ। ਪ੍ਰਤੱਖ ਸਭ ਹੈ ਜੋਤ ਜੋਤ ਹੈ ਸੋਏ, ਸਾਰਿਆਂ ਵਿੱਚ ਉਹਦੇ ਰੂਪ ਨੂੰ ਤੱਕ ਲੈਂਦੇ ਆ ਐਸੀ ਅਵਸਥਾ ਵਾਲੇ। ਯਾ ਤੇ ਬ੍ਰਹਮ ਸਰਵਨ ਤੁਮ ਕਰੋ, ਇਹ ਭਾਈ ਹੇਮੂ ਰਾਮਾ ਜੱਟੂ ਭੰਡਾਰੀ, ਇਸ ਕਰਕੇ ਸਭ ਤੋਂ ਪਹਿਲਾਂ ਤੁਸੀਂ ਸੰਗਤ ਵਿੱਚ ਜਾ ਕੇ ਗੁਰੂ ਕਾ ਉਪਦੇਸ਼ ਮਨ ਦੀਆਂ ਬਿਰਤੀਆਂ ਨੂੰ ਰੋਕ ਕੇ ਧਿਆਨ ਨਾਲ ਸੁਣਿਆ ਕਰੋ। ਮਨਨ ਬਹੁਰ ਨਿਧਿਆਸਨ ਧਰੋ, ਪਹਿਲਾਂ ਸਰਵਣ ਦੀ ਅਵਸਥਾ, ਫਿਰ ਮੰਨਣ ਨੂੰ, ਫਿਰ ਨਿਧਿਆਸਨ ਨੂੰ ਧਾਰਨ ਕਰੋ। ਔਰ ਸਖਿਆਤਕਾਰ ਹੋਏ ਜਾਏ, ਵਾਹਿਗੁਰੂ ਪਰਮੇਸ਼ਰ ਜਦੋਂ ਹਿਰਦੇ ਵਿੱਚ ਪ੍ਰਤੱਖ ਹੋ ਗਿਆ ਨਾ, ਦਰਸ਼ਨ ਹੋ ਗਏ ਉਸ ਦੇ, ਇਹ ਸਾਧਨ ਤੇ ਕਮਾਈ ਤੇ ਗੁਰੂ ਦੀ ਕਿਰਪਾ ਤੋਂ ਬਿਨਾਂ ਇਹ ਬਖਸ਼ਿਸ਼ ਨਹੀਂ ਹੋਇਆ ਕਰਦੀ, ਇਹਦੇ ਲਈ ਸਾਧਨ ਕਰਨ ਦੀ ਲੋੜ ਪੈਂਦੀ ਹੈ।
ਇਸ ਕਰਕੇ ਜਿਨ੍ਹਾਂ ਦੇ ਹਿਰਦੇ ਵਿੱਚ ਵਾਹਿਗੁਰੂ ਪ੍ਰਤੱਖ ਹੋ ਗਿਆ ਹੈ, ਜਨਮ ਮਰਨ ਦੁੱਖ ਅਖਲ ਬਿਲਾਏ, ਆਖੋ ਭਾਈ ਵਾਹਿਗੁਰੂ ਉਹਨਾਂ ਦੇ ਸਾਰੇ ਜੰਮਣ ਮਰਨ ਦੇ ਦੁੱਖ ਨਾਸ ਹੋ ਗਏ, ਮੁੜ ਕੇ ਉਹ ਜੰਮਦੇ ਮਰਦੇ ਨਹੀਂ ਹਨ, ਜੀਵਨ ਮੁਕਤ ਹੋਏ ਵਿੱਚ ਰਹਿ ਹੋ, ਸਰੀਰ ਦੇ ਹੁੰਦਿਆਂ ਹੀ ਜੀਵਨ ਵਿੱਚ ਮੁਕਤੀ ਨੂੰ ਹਾਸਲ ਕਰਕੇ, ਜੀਵਨ ਮੁਕਤੀ ਨੂੰ ਪ੍ਰਾਪਤ ਕਰਕੇ ਉਹ ਵਿਚਰਦੇ ਹਨ ਹਮੇਸ਼ਾ ਲਈ। ਪ੍ਰਲੈ ਕਾਲ ਕੀ ਅਗਨ ਜਿਮੈ ਹੋ, ਜਿਵੇਂ ਪਰਲੋਂ ਦੀ ਅਗਨੀ ਸਾਰਾ ਕੁਝ ਸਾਧ ਸੰਗਤ ਦੀ ਭਸਮ ਕਰ ਦਿੰਦੀ ਆ, ਕੁਝ ਵੀ ਨਹੀਂ ਰਹਿਣ ਦਿੰਦੀ, ਕੇਵਲ ਉਹੀ ਬਚਦੀ ਹੈ। ਪਰਲੋਂ ਦੀ ਅਗਨੀ ਜਦੋਂ ਸੰਸਾਰ 'ਤੇ ਰੱਬ ਪ੍ਰਗਟ ਕਰ ਦਿੰਦਾ, ਉਹਦੇ ਵਿੱਚ ਫਿਰ ਕੋਈ ਨਹੀਂ ਰਹਿ ਜਾਂਦਾ, ਕੇਵਲ ਉਹੀ ਇੱਕੋ ਹੀ ਬਚਦੀ ਹੈ। ਫਿਰ ਉੱਥੇ ਇੱਕ ਸਰੂਪ ਵਾਹਿਗੁਰੂ ਪਰਮੇਸ਼ਰ ਦਾ ਹੀ ਤੱਤ ਸਰੂਪ ਰਹਿ ਜਾਂਦਾ ਹੈ, ਸਰਬ ਭਸਮ ਕਰ ਆਪੇ ਰਹਿ, ਜਿਵੇਂ ਅਗਨੀ ਸਾਰਾ ਕੁਝ ਪਰਲੋਂ ਦੀ ਅਗਨੀ ਭਸਮ ਕਰਕੇ ਕੇਵਲ ਆਪ ਹੀ ਰਹਿ ਜਾਂਦੀ ਹੈ, ਹੋਰ ਕੁਝ ਨਹੀਂ ਬਚਦਾ, ਦਿਖਾਈ ਨਹੀਂ ਦਿੰਦਾ, ਸਾਰੇ ਆਕਾਰ ਉਹਦੇ ਵਿੱਚ ਹੀ ਦਗਧ ਹੋ ਜਾਂਦੇ ਹੈ। ਬ੍ਰਹਮ ਰੂਪ ਮਹਿ ਇਕਤਾ ਲਹਿ, ਨਾ ਉੱਥੇ ਸਰੀਰ ਦਾ ਖਿਆਲ, ਨਾ ਮਨ ਦਾ, ਨਾ ਫੁਰਨਿਆਂ ਦਾ, ਉੱਥੇ ਤਾਂ ਬ੍ਰਹਮ ਵਿੱਚ ਜੀਵ ਦੀ ਏਕਤਾ ਹੋ ਕੇ ਏਕਤਾ ਨੂੰ ਪ੍ਰਾਪਤ ਕਰ ਲੈਂਦਾ, ਉਹਦਾ ਰੂਪ ਬਣ ਜਾਂਦਾ ਹੈ। ਪਰਲੋਂ ਅਗਨੀ ਦੀ ਤਰ੍ਹਾਂ ਉਹਦੇ ਸਾਰੇ ਭਸਮ ਫੁਰਨੇ ਸੰਕਲਪ ਕਰਮ ਸਭ ਦਗਧ ਹੋ ਜਾਂਦੇ ਹਨ। ਸ਼੍ਰੀ ਗੁਰ ਕੋ ਤਾਇਆ ਸੰਹਾਰੀ, ਇਹਨਾਂ ਸਿੱਖਾਂ ਨੂੰ ਸਤਿਗੁਰੂ ਜੀ ਨੇ ਇਹ ਪਾਵਨ ਪਵਿੱਤਰ ਉਪਦੇਸ਼ ਬਖਸ਼ਿਆ ਹੈ। ਇਸ ਤੋਂ ਅਗਲਾ ਹੁਣ ਪ੍ਰਸੰਗ ਚੱਲਿਆ, ਧੰਨ ਗੁਰੂ ਅਰਜਨ ਦੇਵ ਜੀ ਦੇ ਤਾਇਆ ਜੀ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਵੱਡੇ ਭਰਾਤਾ ਭਾਈ ਸਹਾਰੀ ਮੱਲ ਸਤਿਗੁਰੂ ਗੁਰੂ ਅਰਜਨ ਦੇਵ ਜੀ ਦੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਦਰਸ਼ਨ ਕਰਨ ਆਏ ਹਨ। ਜਿਸ ਕੇ ਗਮ ਨੇ ਸਦਨ ਮਝਾਰੀ, ਇਹਨਾਂ ਦੇ ਘਰ ਵਿੱਚ ਪਹਿਲਾਂ ਧੰਨ ਗੁਰੂ ਅਰਜਨ ਦੇਵ ਜੀ ਨੂੰ ਛੋਟੇ ਹੁੰਦਿਆਂ ਨੂੰ ਚੌਥੇ ਪਾਤਸ਼ਾਹ ਜੀ ਨੇ ਲਾਹੌਰ ਵਿਖੇ ਭੇਜਿਆ ਸੀ। ਰਾਮਦਾਸ ਸਤਿਗੁਰੂ ਪਠਾਏ, ਧੰਨ ਸ਼੍ਰੀ ਗੁਰੂ ਰਾਮਦਾਸ ਜੀ ਨੇ ਆਪ ਜੀ ਨੂੰ ਭੇਜਣਾ ਕੀਤਾ ਸੀ। ਵਿਆਹ ਭਤੀਜੇ ਜੰਨ ਚੜਾਏ, ਆਪਣੇ ਤਾਇਆ ਭਾਈ ਸਹਾਰੀ ਮੱਲ ਦੇ ਪੁੱਤਰ ਦਾ ਵਿਆਹ ਕਰਾਉਣ ਵਾਸਤੇ, ਸਾਰਾ ਕਾਰਜ ਕਰਨ ਵਾਸਤੇ, ਬਰਾਤ ਲੈ ਕੇ ਜਾਣ ਵਾਸਤੇ, ਸਾਰੇ ਕਾਰਜਾਂ ਵਿੱਚ ਮਦਦ ਕਰਨ ਲਈ, ਸਹਾਇਤਾ ਕਰਨ ਲਈ ਚੌਥੇ ਪਾਤਸ਼ਾਹ ਜੀ ਨੇ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਭੇਜਣਾ ਕੀਤਾ ਸੀ। ਸੋ ਬਹੁ ਬਿਰਧ ਹੋਏ ਕਰ ਆਵਾ, ਉਹ ਬਹੁਤ ਬਿਰਧ ਅਵਸਥਾ ਦੇ ਵਿੱਚ ਲਾਹੌਰ ਤੋਂ ਚੱਲ ਕੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਆਏ ਆ ਸ਼੍ਰੀ ਅੰਮ੍ਰਿਤਸਰ ਸਾਹਿਬ। ਸ਼ਹਿਦ ਸ਼ਰੇ ਜਗ ਦੁੱਖ ਲੱਖ ਪਾਵਾ, ਉਹ ਚਾਹੁੰਦੇ ਹੈ ਕਿ ਸਾਡੀ ਵੀ ਕਲਿਆਣ ਮੁਕਤੀ ਹੋ ਜਾਏ। ਸੰਸਾਰ ਦੁੱਖ ਰੂਪ ਹੈ, ਸੰਸਾਰ ਨੂੰ ਦੁੱਖ ਰੂਪ ਜਾਣ ਕੇ ਦੁੱਖਾਂ ਤੋਂ ਛੁਟਕਾਰਾ ਪਾਉਣ ਲਈ, ਮੁਕਤੀ ਦੀ ਦਾਤ ਪ੍ਰਾਪਤ ਕਰਨ ਲਈ ਮਨ ਵਿੱਚ ਇਹ ਸ਼ੁੱਧ ਸੰਕਲਪ ਇੱਛਾ ਲੈ ਕੇ ਆਏ ਹੈ। ਮਿਲ ਕਰ ਰਹੇ ਸੁਦਾ ਸਰ ਮਾਹੀ, ਸਤਿਗੁਰਾਂ ਦੀ ਆਗਿਆ ਵਿੱਚ ਰਹਿ ਕੇ ਅੰਮ੍ਰਿਤਸਰ ਸਾਹਿਬ ਸੰਗਤ ਵਿੱਚ ਮਿਲ ਕੇ ਰਹਿੰਦੇ ਹੈ। ਕਰਨ ਸੇਵ ਸਤਿਗੁਰ ਕੀ ਚਾਹੀ, ਚਾਹੁੰਦੇ ਤਾਂ ਕਿ ਸਤਿਗੁਰੂ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਦੀ ਸੇਵਾ ਕਰੀਏ, ਹਾਜ਼ਰੀ ਭਰ ਕੇ ਹਾਜ਼ਰ ਰਹਿ ਕੇ ਗੁਰੂ ਅਰਜਨ ਦੇਵ ਜੀ ਦੇ ਹਜ਼ੂਰ ਵਿੱਚ ਜਿੰਨੀਆਂ ਸੇਵਾਵਾਂ ਹਨ ਉਹ ਨਿਭਾਇਆ ਕਰੀਏ, ਮਨ ਵਿੱਚ ਉਹਨਾਂ ਦੇ ਇੱਛਾ ਹੈ। ਵੱਡੋ ਜਾਣ ਕਰ ਦੇਤ ਹਟਾਏ, ਮਹਾਰਾਜ ਵੱਡੇ ਜਾਣ ਕੇ ਤਾਇਆ ਜੀ ਲੱਗਦੇ ਆ, ਬਿਰਧ ਅਵਸਥਾ ਹੈ, ਵੱਡੇ ਬਜ਼ੁਰਗ ਹੈ,
ਆਪਣੀ ਸੇਵਾ ਨਹੀਂ ਕਰਨ ਦਿੰਦੇ, ਆਪਣੀ ਸੇਵਾ ਕਰਨ ਤੋਂ ਹਟਾ ਦਿੰਦੇ ਹੈ। ਵੱਡਿਆਂ ਦਾ ਸਨਮਾਨ ਔਰ ਸਤਿਕਾਰ ਕਰਨ ਦਾ ਇਹ ਸਤਿਗੁਰੂ ਜੀ ਨੇ ਬੜਾ ਦ੍ਰਿੜ ਅਸੂਲ ਅਤੇ ਸਿਧਾਂਤ ਬਣਾ ਕੇ ਰੱਖਿਆ ਗੁਰੂ ਘਰ ਵਿੱਚ। ਇਸ ਕਰਕੇ ਉਹਨਾਂ ਨੂੰ ਸੇਵਾ ਨਹੀਂ ਕਰਨ ਦਿੰਦੇ, ਆਪਣੀ ਨਿੱਜੀ ਜੋ ਸੇਵਾ ਹੈ ਸਿੱਖਣ ਸੇਵਾ ਕਰਹਿ ਬਣਾਏ। ਪਰ ਭਾਈ ਸਹਾਰੀ ਸਿੱਖਾਂ ਦੀ ਸੇਵਾ ਬੜੇ ਪ੍ਰੇਮ ਨਾਲ ਬਣਾ ਕੇ ਭਾਵ ਧਿਆਨ ਪੂਰਵਕ ਮਿਹਨਤ ਪੂਰਵਕ ਕਰਦੇ ਹਨ। ਚਰਨ ਪਖਾਰੇ ਹੰਕਹਿ ਪਾਉਣ, ਜਿੰਨੇ ਸਿੱਖ ਆਉਂਦੇ ਆ ਦਰਸ਼ਨ ਕਰਨ ਉਹਨਾਂ ਦੇ ਚਰਨ ਧੋਂਦੇ ਆ। ਗਰਮੀ ਦੇ ਵਿੱਚ ਪੱਖਾ ਝੱਲਦੇ ਆ ਸੰਗਤਾਂ ਨੂੰ ਹੱਥੀ। ਬਾਸਨ ਮਾਂਜਹਿ ਜੂਠੇ ਪਾਉਣ, ਗੁਰੂ ਕੇ ਲੰਗਰ ਵਿੱਚ ਜੋ ਜੂਠੇ ਬਰਤਨ ਹੁੰਦੇ ਆ ਸੰਗਤਾਂ ਦੇ ਉਹ ਹੱਥੀ ਮਾਂਜਦੇ ਹਨ। ਭਗਤ ਹਿਰਦੈ ਅਕਰੂਰ ਸਮਾਨਾ, ਅਕਰੂਰ ਭਗਤ ਹੋਇਆ ਕ੍ਰਿਸ਼ਨ ਜੀ ਦਾ ਚਾਚਾ।
ਸਤਨਾਮ ਭਗਤ ਹਿਰਦੈ ਕਰੂਰ ਸਮਾਨਾ ਕਰੂਰ ਜੀ ਦਾ ਜ਼ਿਕਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਆਇਆ। ਸੋ ਇਹ ਕ੍ਰਿਸ਼ਨ ਜੀ ਦੇ ਚਾਚਾ ਜੀ ਸਨ ਅਕਰੂਰ ਜੀ ਜੋ ਵੱਡੇ ਭਗਤ ਹੋਏ ਆ। ਜਥਾ ਕ੍ਰਿਸ਼ਨ ਮੈਂ ਨਿਸਚੈ ਠਾਨਾ। ਇਹ ਕ੍ਰਿਸ਼ਨ ਜੀ ਨੂੰ ਭਗਵਾਨ ਕਰਕੇ ਮੰਨਦੇ ਸਨ, ਆਪਣਾ ਭਤੀਜਾ ਕਰਕੇ ਸੰਸਾਰੀ ਖਿਆਲ ਨਹੀਂ ਉਹਨਾਂ ਦੇ ਉੱਤੇ ਰੱਖਿਆ ਕਰਦੇ, ਭਾਵਨਾ ਰੱਖਦੇ ਸਨ, ਸ਼ਰਧਾ ਸਨ ਕਿ ਸਮੇਂ ਦੇ ਅਵਤਾਰ ਹੈ। ਇਸ ਕਰਕੇ ਉਹਨਾਂ ਨੂੰ ਅਵਤਾਰ ਕਰਕੇ ਉਹਨਾਂ ਦੀ ਸੇਵਾ, ਉਹਨਾਂ ਦੀ ਉਪਾਸ਼ਨਾ ਭਗਤੀ ਕਰਦੇ। ਤਿਮ ਸ਼੍ਰੀ ਅਰਜਨ ਕੋ ਮਨ ਜਾਣੈ। ਭਾਈ ਸਹਾਰੀ ਦਾ ਪ੍ਰਮਾਣ ਦਿੱਤਾ ਕਿ ਭਾਈ ਸਹਾਰੀ ਵੀ ਗੁਰੂ ਅਰਜਨ ਦੇਵ ਜੀ ਨੂੰ ਭਤੀਜੇ ਰੂਪ ਵਿੱਚ ਨਹੀਂ ਵੇਖਦੇ, ਗੁਰੂ ਨਾਨਕ ਸਾਹਿਬ ਦੀ ਪੰਜਵੀਂ ਜੋਤ ਸਮਝ ਕੇ ਮਨ ਵਿੱਚ ਸਤਿਗੁਰੂ ਦਾ ਆਦਰ ਭੈ ਸਤਿਕਾਰ ਰੱਖਦੇ ਆ, ਸ਼ਰਧਾ ਰੱਖਦੇ ਆ। ਪ੍ਰਥਮ ਜਨਮ ਕੀ ਗਿਆਤ ਪਛਾਣੈ। ਪਿਛਲੇ ਜਨਮ ਦੀ ਇਹਨਾਂ ਨੂੰ ਗਿਆਤ ਸੋਝੀ ਹੈ, ਜਾਣਦੇ ਆ ਕਿ ਅਸੀਂ ਦੁਆਪਰ ਯੁੱਗ ਦੇ ਵਿੱਚ ਕਰੂਰ ਬਣ ਕੇ ਆਏ ਸਾਂ। ਇਸ ਬਿਦ ਦੇਖ ਦਇਆ ਕੋ ਠਾਨੀ। ਇਸ ਤਰ੍ਹਾਂ ਸਤਿਗੁਰੂ ਜੀ ਨੇ ਉਹਨਾਂ ਦੀ ਸੇਵਾ, ਉਹਨਾਂ ਦੀ ਸ਼ਰਧਾ, ਉਹਨਾਂ ਦੀ ਭਾਵਨਾ ਵੇਖ ਕੇ ਦਇਆ ਦੇ ਘਰ ਵਿੱਚ ਆ ਕੇ ਧੰਨ ਗੁਰੂ ਅਰਜਨ ਦੇਵ ਜੀ ਨੇ ਨਿਕਟ ਹਕਾਰਿਓ ਗੁਰੂ ਬਖਾਨੀ। ਸਤਿਗੁਰਾਂ ਨੇ ਸਿੱਖਾਂ ਨੂੰ ਭੇਜ ਕੇ ਆਪਣੇ ਪਾਸ ਬੁਲਾਇਆ। ਤੁਮ ਹੋ ਵੱਡੇ ਲਗਤ ਹੋ ਤਾਏ। ਸਤਿਗੁਰੂ ਕਹਿਣ ਲੱਗੇ ਤੁਸੀਂ ਵੱਡੇ ਹੋ, ਸਾਡੇ ਤਾਇਆ ਜੀ ਲੱਗਦੇ ਹੋ। ਹਮ ਕੋ ਚਹੀਅਤ ਸੇਵਕ ਮਾਏ। ਆਖੋ ਭਾਈ ਵਾਹਿਗੁਰੂ, ਇਹ ਨਿਮਰਤਾ ਧੰਨ ਗੁਰੂ ਅਰਜਨ ਦੇਵ ਜੀ ਦੀ ਨਿਮਰਤਾ। ਕਹਿਣ ਲੱਗੇ ਸਾਨੂੰ ਚਾਹੀਦੀ ਹੈ ਤੁਹਾਡੀ ਸੇਵਾ ਕਰਨੀ, ਸਾਡਾ ਫਰਜ਼ ਬਣਦਾ ਹੈ। ਸੁਣ ਕਰ ਜੋਰੇ ਅਰਜ ਗੁਜਾਰੀ। ਉਲਟਾ ਤੁਸੀਂ ਸਾਡੀ ਸੇਵਾ ਕਰਦੇ ਹੋ। ਭਾਈ ਸਹਾਰੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਹੈ। ਮਛ ਕਛ ਬਾਵਨ ਤਨ ਧਾਰੀ। ਕੈਸੀ ਦ੍ਰਿਸ਼ਟੀ ਹੈ ਭਾਈ ਸਹਾਰੀ ਦੀ। ਕਹਿਣ ਲੱਗੇ ਸੱਚੇ ਪਾਤਸ਼ਾਹ, ਜਦੋਂ ਮੱਛਾ ਅਵਤਾਰ ਧਾਰਿਆ, ਕੱਛਾ ਅਵਤਾਰ ਧਾਰਿਆ, ਬਾਵਨ ਰੂਪ ਸਤਿਯੁਗ ਦੇ ਵਿੱਚ ਆ ਕੇ ਅਵਤਾਰ ਧਾਰਿਆ ਸੀ ਤੁਸੀਂ। ਸ੍ਰੀ ਨਰਸਿੰਘ ਰਾਮ ਅਵਤਾਰਾ। ਨਰਸਿੰਘ ਅਵਤਾਰ ਧਾਰ ਕੇ ਪ੍ਰਹਲਾਦ ਦੀ ਰੱਖਿਆ ਕੀਤੀ, ਤ੍ਰੇਤੇ ਯੁਗ ਵਿੱਚ ਰਾਮ ਅਵਤਾਰ ਧਾਰਨ ਕੀਤਾ। ਕ੍ਰਿਸ਼ਨ ਰੂਪ ਪੁੰਨ ਤੁਮਨੇ ਧਾਰਾ। ਦੁਆਪਰ ਵਿੱਚ ਤੁਸੀਂ ਹੀ ਸੱਚੇ ਪਾਤਸ਼ਾਹ ਕ੍ਰਿਸ਼ਨ ਰੂਪ ਧਾਰਿਆ, ਸਤਿਯੁਗ ਤੈ ਮਾਣਿਓ, ਛਲਿਓ ਬਲ ਬਾਵਨ ਪਾਇਓ, ਤ੍ਰੇਤੇ ਤੈ ਮਾਣਿਓ, ਰਾਮ ਰੰਗ ਵੰਸ ਕਹਾਇਓ, ਦੁਆਪਰ ਕ੍ਰਿਸ਼ਨ ਮਰਾਰ ਕੰਸ ਕਿਰਤਾਰਥ ਕੀਓ, ਉਗਰ ਸੈਨ ਕੋ ਰਾਜ ਅਭੈ ਭਗਤੈ ਜਨ ਦੀਓ, ਕਲਯੁਗ ਪ੍ਰਵਾਨ ਨਾਨਕ ਗੁਰ ਅੰਗਦ ਅਮਰ ਕਹਾਇਓ, ਸ੍ਰੀ ਗੁਰੂ ਰਾਜ ਅਬਚਲ ਅਟਲ ਆਦਿ ਪੁਰਖ ਫਰਮਾਇਓ। ਇਹ ਭਾਵਨਾ ਹੈ, ਨਿਸ਼ਚਾ ਹੈ, ਭਰੋਸਾ ਹੈ, ਅਦਵੈਤ ਵਾਲੀ ਅਵਸਥਾ ਹੈ। ਇਸ ਕਰਕੇ ਮਨ ਵਿੱਚੋਂ ਦਵੈਤ ਮਿਟ ਗਈ ਆ ਮਹਾਰਾਜ। ਸਾਰੇ ਜਿੰਨੇ ਵੀ ਅਵਤਾਰ ਧਰਤੀ 'ਤੇ ਹੋਏ ਸਾਰੇ ਆਪ ਨੇ ਧਾਰਨ ਕੀਤੇ ਸਨ। ਇੱਕ ਦਿਨ ਅਰਜਨ ਬਿਨੈ ਸੁਣਾਈ। ਇੱਕ ਦਿਨ ਅਰਜਨ ਕ੍ਰਿਸ਼ਨ ਜੀ ਦਾ ਪਰਮ ਭਗਤ ਸੀ, ਪਾਂਡਵਾਂ ਦਾ ਭਰਾ, ਉਸਨੇ ਤੁਹਾਡੀ ਬਹੁਤ ਸੇਵਾ ਕਰਕੇ ਤੁਹਾਨੂੰ ਬੇਨਤੀ ਕੀਤੀ ਸੀ ਤੇਰੇ ਦੁਆਪਰ ਯੁੱਗ ਵਿੱਚ। ਮਮ ਤੁਮ ਨਾਮ ਏਕ ਹੋਏ ਜਾਈ। ਇਹ ਮਹਾਰਾਜ ਮੇਰਾ ਤੇ ਤੁਹਾਡਾ ਨਾਮ ਇੱਕ ਹੋ ਜਾਏ, ਇਹ ਮੇਰੀ ਇੱਛਾ ਹੈ। ਹੇ ਪ੍ਰਭ ਕਬ ਇਮ ਪੀ ਬਨ ਆਵੈ। ਹੇ ਪ੍ਰਭੂ, ਮੇਰੇ ਮਨ ਵਿੱਚ ਇੱਕ ਇੱਛਾ ਆਉਂਦੀ ਹੈ, ਖਿਆਲ ਆਉਂਦਾ ਹੈ। ਮੋਰ
ਨਾਮ ਕਰ ਤੁਮੈਂ ਬੁਲਾਵੈ। ਮੇਰਾ ਨਾਮ ਜਿਹੜਾ ਹੈ ਉਹ ਤੁਹਾਡਾ ਨਾਮ ਹੋ ਜਾਏ, ਤੁਹਾਡਾ ਨਾਮ ਲੈ ਕੇ ਭਗਵਾਨ ਕ੍ਰਿਸ਼ਨ ਜੀ ਮੇਰੇ ਨਾਮ ਤੋਂ ਤੁਹਾਨੂੰ ਸੰਗਤਾਂ ਬੁਲਾਇਆ ਕਰਨ, ਮੇਰਾ ਤੇ ਤੁਹਾਡਾ ਨਾਮ ਇੱਕ ਹੋ ਜਾਏ, ਇਹ ਮੇਰੀ ਇੱਛਾ ਹੈ। ਮਨ ਵੀ ਮਿਲਿਓ ਮਿਲ ਤਨ ਰਹੇ, ਮਨ ਕਰਕੇ ਮੈਂ ਮਿਲਿਆ ਪਰ ਤਨ ਕਰਕੇ ਵੀ ਮੈਂ ਤੁਹਾਡੇ ਵਿੱਚ ਪ੍ਰਵੇਸ਼ ਹੋ ਜਾਵਾਂ, ਤਨ ਕਰਕੇ ਵੀ ਤੁਹਾਡੇ ਤੋਂ ਜੁਦਾ ਤੇ ਵੱਖ ਨਾ ਰਹਾਂ। ਨਾਮ ਭਿੰਨ ਹੀ ਸਭ ਜਗ ਕਹੇ, ਹੁਣ ਸਾਰਾ ਸੰਸਾਰ ਤੁਹਾਨੂੰ ਕ੍ਰਿਸ਼ਨ ਜੀ ਆਖਦਾ, ਮੈਨੂੰ ਅਰਜਨ ਆਖਦਾ, ਇਸ ਕਰਕੇ ਮੇਰੀ ਤੇ ਤੁਹਾਡੀ ਕੋਈ ਵੱਖਰੀ ਵੱਖਰੀ ਪਹਿਚਾਣ, ਨਾਨਾ ਪੁਣਾ ਵੱਖਰਾ ਪੁਣਾ ਜੁਦੈਗੀ ਨਾ ਰਹੇ। ਇਹ ਮੇਰੇ ਚਿੱਤ ਚਾਓ ਮਹਾਨੇ, ਬਹੁਤਾ ਹੀ ਚਾਹ ਹੈ ਮੇਰੇ ਚਿੱਤ ਵਿੱਚ, ਤੁਮਰੋ ਅਰਜਨ ਨਾਮ ਬਖਾਨੇ, ਤੁਹਾਡਾ ਨਾਮ ਅਰਜਨ ਪੈ ਜਾਏ, ਲੋਕ ਤੁਹਾਨੂੰ ਮੇਰੇ ਨਾਮ ਤੋਂ ਬੁਲਾਉਣ, ਇਹ ਮੇਰੀ ਇੱਛਾ ਹੈ। ਸੁਣ ਰਾਵਰ ਨੇ ਹੋਏ ਪ੍ਰਸੰਨ, ਕਹਿੰਦੇ ਆਪ ਜੀ ਨੇ ਫਿਰ ਉਦੋਂ ਪ੍ਰਸੰਨ ਹੋ ਕੇ ਆਪਣੇ ਮੁਖਾਰ ਬਿੰਦ ਤੋਂ ਬਚਨ ਕਹੇ ਸਨ। ਕਹਿਓ ਮੋਹੇ ਤੇ ਨਾ ਤੂੰ ਭਿੰਨ, ਹੇ ਅਰਜਨ ਤੂੰ ਮੇਰੇ ਤੋਂ ਵੱਖਰਾ ਨਹੀਂ, ਮੇਰਾ ਹੀ ਰੂਪ ਹੈ। ਸਭ ਸੰਕਲਪ ਹੋਏ ਹੈ ਸੱਚਾ, ਪਰ ਤੇਰਾ ਸੰਕਲਪ ਇੱਛਾ ਉਦੋਂ ਸੱਚੀ ਪੂਰੀ ਹੋਵੇਗੀ। ਮੋਹੇ ਭਾਵਨੀ ਮੈਂ ਨਿਤ ਰਾਚਾ, ਤੂੰ ਸਾਡੀ ਸ਼ਰਧਾ ਦੇ ਵਿੱਚ ਨਿਤਾ ਪ੍ਰਤੀਆਨ ਰਚਿਆ ਮਿਲਿਆ ਹੋਇਆ ਹੈ। ਕਲੀ ਕਾਲ ਮੈਂ ਜਬ ਤਨ ਧਰਾਂ, ਜਦੋਂ ਕਲਯੁਗ ਦੇ ਵਿੱਚ ਅਸੀਂ ਪੰਜਵਾਂ ਜਾਮਾ ਧਾਰਾਂਗੇ ਗੁਰੂ ਨਾਨਕ ਸਾਹਿਬ ਜੀ ਦਾ, ਅਰਜਨ ਨਾਮ ਹਮਾਰੋ ਪਰ, ਉਦੋਂ ਸਾਡਾ ਨਾਮ ਗੁਰੂ ਅਰਜਨ ਦੇਵ ਜੀ ਸੰਸਾਰ ਵਿੱਚ ਪ੍ਰਸਿੱਧ ਹੋਵੇਗਾ, ਉਦੋਂ ਇਹ ਨਾਮ ਰਖਾਵਾਂਗੇ ਸੇਵਕ ਵਾਲਾ। ਸੋਦੋਂ ਪੁਰਖ ਮਹਿਦ ਮਹੀਆਨ, ਉਦੋਂ ਫਿਰ ਭਾਈ ਸਹਾਰੀ ਨੇ ਕਿਹਾ ਮਹਾਰਾਜ ਤੁਸੀਂ ਵੱਡੇ ਤੋਂ ਵੱਡੇ ਹੋ, ਤੁਸੀਂ ਕ੍ਰਿਸ਼ਨ ਰੂਪ ਵਿੱਚ ਅਰਜਨ ਦੀ ਇੱਛਾ ਪੂਰੀ ਕਰਨ ਵਾਸਤੇ ਇਹ ਪਰਮੇਸ਼ਰ ਸਰੂਪ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਲਯੁਗ ਦੇ ਵਿੱਚ ਪਰਮੇਸ਼ਰ ਦਾ ਰੂਪ ਅਵਤਾਰ ਧਾਰਿਆ, ਇਸ ਕਰਕੇ ਤੁਸੀਂ ਵੱਡਿਆਂ ਤੋਂ ਵੱਡੇ ਹੋ, ਤੁਹਾਡੇ ਨਾਲੋਂ ਵੱਡਾ ਮਹਾਨ ਹੋਰ ਕੋਈ ਨਹੀਂ ਹੈ। ਜਿੰਨੇ ਵੱਡੇ ਤੋਂ ਵੱਡੇ ਹੋਏ, ਕ੍ਰਿਸ਼ਨ ਤੋਂ ਵੀ ਅਰਜਨ ਦੀ ਇੱਛਾ ਪੂਰੀ ਨਹੀਂ ਹੋਈ ਪਰ ਕਲਯੁਗ ਵਿੱਚ ਤੁਸੀਂ ਅਰਜਨ ਦੀ ਇੱਛਾ ਵੀ ਪੂਰੀ ਕਰ ਦਿੱਤੀ। ਉਦੋਂ ਨਹੀਂ ਕ੍ਰਿਸ਼ਨ ਆਪਣਾ ਨਾਮ ਅਰਜਨ ਰਖਾ ਸਕੇ ਪਰ ਤੁਸੀਂ ਅਰਜਨ ਦੀ ਫਿਰ ਇਸ ਕਲਯੁਗ ਦੇ ਵਿੱਚ ਇੱਛਾ ਪੂਰੀ ਕਰ ਦਿੱਤੀ। ਇਹਨਾਂ ਵੱਡਿਆਂ ਤੋਂ ਜਿਹੜੇ ਪੁਰਖ ਮਹਿਦ ਨਾਮ ਹੁੰਦਾ ਵੱਡੇ, ਵੱਡਿਆਂ ਤੋਂ ਵੀ ਵੱਡੇ ਤੁਸੀਂ ਹੋ ਮਹਾਰਾਜ। ਨਾਨਾ ਚਲਤ ਕਰੇ ਹਿਤ ਠਾਨ, ਸੇਵਕਾਂ ਦਾ ਬਹੁਤਾ ਹਿਤ ਵੇਖ ਕੇ ਅਨੇਕਾਂ ਕੌਤਕ ਕਰਦੇ ਹੋ ਉਹਨਾਂ ਦੇ ਉਧਾਰ ਵਾਸਤੇ। ਨਿਜ ਮਾਇਆ ਕਰ ਬੰਚੋ ਨਾਹੀਂ, ਆਪਣੀ ਮਾਇਆ ਦਾ ਪਰਦਾ ਕਰਕੇ ਮਹਾਰਾਜ ਮੈਨੂੰ ਨਾ ਠੱਗੋ, ਮੈਨੂੰ ਨਾ ਭੁਲਾਓ, ਮੈਂ ਤਾਂ ਤੁਹਾਨੂੰ ਪਰਮੇਸ਼ਰ ਦਾ ਰੂਪ ਕਰਕੇ ਤੱਕਦਾ, ਭਤੀਜਾ ਰੂਪ ਕਰਕੇ ਨਹੀਂ ਵੇਖਦਾ। ਹੇ ਮਹਾਰਾਜ ਆਪਣੀ ਮਾਇਆ ਦਾ ਪ੍ਰਭਾਵ ਪੜਦਾ ਮੋਹ ਦਾ ਮੇਰੇ ਉੱਤੇ ਨਾ ਪਾਓ, ਇਹ ਤਾਂ ਮੇਰਾ ਪੜਦਾ ਤੁਸੀਂ ਦੂਰ ਕਰ ਦਿਓ। ਆਪਣੀ ਸ਼ਰਧਾ ਦਿਓ ਮਨ ਮਾਹੀ, ਤਨ ਉਹ ਸਿੱਖ ਸਨ ਜਿਹੜੇ ਸ਼ਰਧਾ ਦਾ ਦਾਨ ਮੰਗਦੇ ਸਨ ਕਿ ਮਹਾਰਾਜ ਆਪਣੇ ਦਰ ਦੀ ਸ਼ਰਧਾ ਮੇਰੇ ਮਨ ਵਿੱਚ ਪੱਕੀ ਬਣ ਜਾਏ, ਮੈਨੂੰ ਦਾਤ ਦੇ ਦਿਓ, ਆਖੋ ਭਾਈ ਵਾਹਿਗੁਰੂ। ਅਤੇ ਅੱਜ ਦੇ ਕੁਝ ਨਾਸਤਕ ਪ੍ਰਚਾਰਕ ਕਹਿੰਦੇ ਸ਼ਰਧਾ ਤਾਂ ਹੋਣੀ ਨਹੀਂ ਚਾਹੀਦੀ ਸਿੱਖਾਂ ਵਿੱਚ, ਉਹ ਸਾਡੀ ਸ਼ਰਧਾ ਨੂੰ ਤੋੜਨ ਲੱਗੇ ਹੈ ਪਾਪੀ ਮਨੁੱਖ। ਧੰਨ ਉਹ ਸਿੱਖ ਸਨ ਜਿਹੜੇ ਸ਼ਰਧਾ ਦਾ ਦਾਨ ਮਨ ਵਿੱਚ ਮੰਗਦੇ ਸਨ ਕਿਉਂਕਿ ਉਹਨਾਂ ਨੇ ਮੁਕਤ ਹੋਣਾ ਸੀ।
ਜਿਹੜਾ ਸ਼ਰਧਾ ਨਹੀਂ ਮੰਗਦਾ ਉਹ ਨਰਕਾਂ ਨੂੰ ਜਾਣ ਦਾ ਅਧਿਕਾਰੀ ਬਣਦਾ, ਫਿਰ ਉਹ ਨਰਕਾਂ ਨੂੰ ਤੁਰ ਪਵੇ। ਉਹ ਮੁਕਤੀ ਚਾਹੁੰਦੇ ਸਨ, ਮਨੁੱਖਾ ਜਨਮ ਦੀ ਸਫਲਤਾ। ਇਸ ਕਰਕੇ ਮਹਾਰਾਜ ਮੇਰੇ ਮਨ ਵਿੱਚ ਆਪਣੀ ਸ਼ਰਧਾ ਭਾਵਨਾ ਦਾ ਦਾਨ ਦਿਓ। ਮੈਂ ਤੁਹਾਨੂੰ ਸੰਸਾਰਕ ਸੰਬੰਧੀ ਕਰਕੇ ਨਾ ਜਾਣਾ, ਤੁਹਾਨੂੰ ਪਰਮੇਸ਼ਰ ਰੂਪ ਜਾਣ ਕੇ ਤੁਹਾਡੀ ਸੇਵਾ ਕਰਾਂ। ਗੁਰਸਿੱਖੀ ਕੋ ਦੀਜੈ ਦਾਨ, ਸਾਰੇ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਕੀ ਮੰਗਿਆ ਮਹਾਰਾਜ? ਮੈਨੂੰ ਗੁਰਸਿੱਖੀ ਦਾ ਦਾਨ ਦਿਓ। ਸਿੱਖੀ ਦੀ ਦਾਤ ਮੰਗੀ ਹੈ ਭਾਈ ਸਹਾਰੀ ਨੇ, ਜਿਸ ਕੀ ਮਹਿਮਾ ਸਾਹਮਣੇ ਆਨ। ਸਿੱਖੀ ਦੇ ਤੁਲ ਹੋਰ ਵੀ ਦੁਨੀਆਂ ਦੀ ਕਿਸੇ ਵਸਤੂ ਦੀ ਮਹਿਮਾ ਨਹੀਂ ਹੈ। ਸਿੱਖੀ ਦੀ ਮਹਿਮਾ ਵਡਿਆਈ ਸਭ ਤੋਂ ਉਚੇਰੀ ਉੱਚੀ ਹੈ, ਵੱਡੀ ਹੈ। ਸੁਣ ਪ੍ਰਸੰਨ ਤਬ ਸਾਹਿਬ ਹੋਏ, ਬੇਨਤੀਆਂ ਸੁਣ ਕੇ ਤਾਇਆ ਸਹਾਰੀ ਮੱਲ ਜੀ ਦੀਆਂ, ਧੰਨ ਗੁਰੂ ਅਰਜਨ ਦੇਵ ਜੀ ਬਹੁਤੇ ਪ੍ਰਸੰਨ ਹੋਏ। ਨੀਮੋ ਮਨ ਤਾਏ ਕਹੋ ਜੋਏ, ਜੋਏ ਨਾਮ ਵੇਖਿਆ ਕਿ ਤਾਇਆ ਜੀ ਦੇ ਮਨ ਵਿੱਚ ਐਨ ਪੂਰੀ ਨਿਮਰਤਾ ਹੈ, ਨਿਭ ਨਿਭ ਕੇ ਸੇਵਾ ਕਰਕੇ ਸਿੱਖੀ ਦੀ ਕਮਾਈ ਵਿੱਚ ਲੱਗੇ ਹੋਏ ਹੈ। ਦੀਨ ਸਬਰ ਸਿੱਖੀ ਤੁਮ ਪਾਵੋ, ਆਖੋ ਭਾਈ ਵਾਹਿਗੁਰੂ। ਮਹਾਰਾਜ ਕਹਿੰਦੇ ਤੁਹਾਨੂੰ ਵਰ ਦਿੱਤਾ, ਤੁਹਾਨੂੰ ਸਿੱਖੀ ਦੀ ਦਾਤ ਅਮੋਲਕ ਪ੍ਰਾਪਤ ਹੋਵੇਗੀ। ਬ੍ਰਹਮ ਗਿਆਨ ਤੇ ਕਸ਼ਟ ਮਿਟਾਵੋ, ਔਰ ਤੁਹਾਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਵੀ ਹੋਏਗੀ। ਤੁਹਾਡੇ ਜੰਮਣ ਮਰਨ ਦੇ ਸਾਰੇ ਦੁੱਖ ਹਮੇਸ਼ਾ ਹਮੇਸ਼ਾ ਲਈ ਮੇਟ ਦਿੱਤੇ ਹਨ, ਨਾਸ਼ ਕਰ ਦਿੱਤੇ ਹੈ। ਭਇਓ ਨਿਹਾਲ ਤਬੈ ਸੰਹਾਰੀ, ਭਾਈ ਸਹਾਰੀ ਬਹੁਤ ਨਿਹਾਲ ਨਿਹਾਲ ਸਤਿਗੁਰੂ ਜੀ ਨੇ ਸਾਰੇ ਜੰਮਣ ਮਰਨ ਦੇ ਦੁੱਖ, ਅਗਿਆਨ ਜਨ ਦੁੱਖ, ਸੰਸਾਰਕ ਕਸ਼ਟ ਸਾਰਿਆਂ ਤੋਂ ਰਹਿਤ ਕਰਕੇ ਭਾਈ ਸਹਾਰੀ ਨੂੰ ਨਿਹਾਲ ਕਰ ਦਿੱਤਾ ਹੈ ਬਖਸ਼ਿਸ਼ਾਂ ਦੇ ਕੇ। ਗਤ ਪਾਈ ਬ੍ਰਹਮ ਗਿਆਨ ਸੁਖਾਰੀ, ਸਾਰੇ ਸੁਖ ਦੇਣ ਵਾਲੀ ਬ੍ਰਹਮ ਗਿਆਨੀਆਂ ਵਾਲੀ ਇਹ ਅਵਸਥਾ, ਗਤ ਦਾ ਅਰਥ ਹੁੰਦਾ ਅਵਸਥਾ, ਗਤ ਦੇ ਬਹੁਤ ਅਰਥ ਹਨ। ਇਸ ਕਰਕੇ ਬ੍ਰਹਮ ਗਿਆਨੀਆਂ ਵਾਲੀ ਅਵਸਥਾ ਭਾਈ ਸਹਾਰੀ ਨੂੰ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ, ਔਰ ਉਹਨਾਂ ਨੇ ਇਹ ਅਵਸਥਾ ਸਤਿਗੁਰੂ ਜੀ ਦੇ ਦਰ ਤੋਂ ਪ੍ਰਾਪਤ ਕੀਤੀ ਹੈ। ਸੋ ਸਾਧ ਸੰਗਤ ਜੀ, ਹੁਣ ਸਮਾਂ ਅੱਗੇ ਜਾਣ ਦੀ ਆਗਿਆ ਨਹੀਂ ਦਿੰਦਾ, ਕੱਲ੍ਹ ਦਾ ਸਮਾਗਮ ਕੇਵਲ ਗੁਰਦੁਆਰਾ ਚੇਲਿਆਣਾ ਸਾਹਿਬ ਰਹਿ ਗਿਆ ਇਹਨਾਂ ਸ਼ਹੀਦੀ ਦੀਵਾਨਾਂ ਦੀ ਲੜੀ ਦਾ। 1 ਜੂਨ ਤੋਂ ਲੈ ਕੇ 6 ਜੂਨ ਤੱਕ ਦਮਦਮੀ ਟਕਸਾਲ ਦੇ ਹੈੱਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਸ਼ਹੀਦੀ ਦੀਵਾਨ ਸਜਿਆ ਕਰਨੇ ਹੈ। ਸ਼ਾਮ ਨੂੰ 4 ਵਜੇ ਤੋਂ 6:30 ਵਜੇ ਤੱਕ ਦੀਵਾਨ ਸਜਿਆ ਕਰਨਗੇ, ਔਰ ਪਰਸੋਂ ਨੂੰ ਸ਼ਹੀਦੀ ਘੱਲੂਘਾਰਾ ਹਫ਼ਤਾ ਆਰੰਭ ਹੋ ਰਿਹਾ ਹੈ, ਜਿਸ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਰਾਗੀ ਜਥੇ ਕੀਰਤਨ ਕਰਿਆ ਕਰਨਗੇ, ਕਥਾ ਹੋਇਆ ਕਰੇਗੀ। ਸਾਰੇ ਇਲਾਕੇ ਦੀ, ਨਗਰ ਦੀ ਸੰਗਤ ਨੇ ਰੋਜ਼ਾਨਾ ਭਾਈ ਤੁਸੀਂ ਵੱਧ ਚੜ੍ਹ ਕੇ ਹਾਜ਼ਰੀਆਂ ਭਰਿਆ ਕਰਨੀਆਂ, ਔਰ ਸ਼ਹੀਦਾਂ ਦੇ ਦਰ 'ਤੇ ਹਾਜ਼ਰੀ ਲਵਾਉਣੀ ਆ ਆਪਾਂ। 6 ਜੂਨ ਨੂੰ 9 ਵਜੇ ਤੋਂ ਪਹਿਲਾਂ ਆਪਾਂ ਦਮਦਮੀ ਟਕਸਾਲ ਦੇ ਹੈੱਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਪਹੁੰਚਣਾ, ਔਰ ਸ਼ਾਮ ਦੇ 4 ਵਜੇ ਤੱਕ ਦੀਵਾਨਾਂ ਵਿੱਚ ਹਾਜ਼ਰੀ ਭਰਨੀ ਹੈ, ਤਨ ਮਨ ਧਨ ਕਰਕੇ ਸੇਵਾਵਾਂ ਵੀ ਕਰਨੀਆਂ ਹਨ। ਇਹ ਬੇਨਤੀ ਸਾਰਿਆਂ ਨੇ ਪ੍ਰਵਾਨ ਕਰਨੀ। ਜਿਨ੍ਹਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਛਕਿਆ, ਮਨ ਬਣਾਓ ਖੰਡੇ ਬਾਟੇ ਦਾ ਅੰਮ੍ਰਿਤ ਛਕੋ। ਜਿਹੜੇ ਨਸ਼ਿਆਂ ਦਾ ਸੇਵਨ ਕਰਦੇ, ਨਸ਼ਿਆਂ ਦਾ ਤਿਆਗ ਕਰੋ। ਜਿਨ੍ਹਾਂ ਨੇ ਕੇਸ ਕਟਾਏ, ਸਾਬਤ ਸੂਰਤ ਕੇਸ ਰੱਖੋ, ਔਰ ਸਤਿਗੁਰੂ ਜੀ ਦੇ ਚਰਨੀ ਲੱਗੋ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ।
ਸਾਰੇ ਨਗਰ ਦੀ ਇਲਾਕੇ ਦੀ ਸੰਗਤ ਦਾ ਰੋਮ ਰੋਮ ਕਰਕੇ ਬਹੁਤ ਬਹੁਤ ਧੰਨਵਾਦ ਹੈ। ਧਾਰਮਿਕ ਹਸਤੀਆਂ ਮਹਾਂਪੁਰਖ ਉਚੇਚੇ ਤੌਰ 'ਤੇ ਪਹੁੰਚੇ ਹੈ। ਸੰਤ ਬਾਬਾ ਸੁਖਵੰਤ ਸਿੰਘ ਜੀ ਚੰਨਣ ਕੇ, ਸੰਤ ਬਾਬਾ ਕਮਲਦੀਪ ਸਿੰਘ ਜੀ ਨਾਗੀਆਣਾ, ਸਤਿਕਾਰਯੋਗ ਬਾਬਾ ਜੁਗਰਾਜ ਸਿੰਘ ਜੀ, ਇਸੇ ਤਰ੍ਹਾਂ ਗਿਆਨੀ ਪ੍ਰਗਟ ਸਿੰਘ ਜੀ ਅਤੇ ਹੋਰ ਸਾਰੀਆਂ ਧਾਰਮਿਕ ਹਸਤੀਆਂ ਪਹੁੰਚੀਆਂ ਹੋਈਆਂ ਹਨ। ਸੋ ਮੈਂ ਸਰਦਾਰ ਭਗਵੰਤ ਸਿੰਘ ਜੀ ਸਿਆਲਕਾ, ਜੋ ਮੈਂਬਰ ਸਾਡੇ ਇਸ ਹਲਕੇ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਹਿਬਾਨ ਹਨ, ਉਹਨਾਂ ਦਾ ਬੜਾ ਭਾਰੀ ਉਪਰਾਲਾ ਇਹਨਾਂ ਸਮਾਗਮਾਂ ਲਈ, ਔਰ 6 ਜੂਨ ਨੂੰ ਸੰਗਤਾਂ ਦੇ ਲਿਜਾਣ ਦਾ ਵੀ ਉਹਨਾਂ ਨੇ ਵੱਡਾ ਉਪਰਾਲਾ ਕੀਤਾ ਹੋਇਆ। ਜੋ ਜੋ ਜਿੱਥੇ ਜਿੱਥੇ ਬੱਸਾਂ ਦੀ ਲੋੜ ਹੋਵੇ, ਸਿਆਲਕਾ ਸਾਹਿਬ ਨਾਲ ਸੰਪਰਕ ਕਰਕੇ ਆਪਾਂ ਸ਼ਹੀਦੀ ਸਮਾਗਮਾਂ ਵਿੱਚ ਪਹੁੰਚਣ ਲਈ ਵਿਸ਼ੇਸ਼ ਤੌਰ 'ਤੇ ਹਾਜ਼ਰੀਆਂ ਭਰਨੀਆਂ, ਉਹ ਸਾਰੇ ਸਿਆਲਕਾ ਸਾਹਿਬ ਨਾਲ ਸੰਪਰਕ ਕਰਨ। ਸੋ ਸਿਆਲਕਾ ਸਾਹਿਬ ਜੀ ਦਾ, ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦਾ, ਨਗਰ ਪੰਚਾਇਤ ਦਾ, ਗੁਰੂ ਘਰ ਦੇ ਮੁੱਖ ਗ੍ਰੰਥੀ ਭਾਈ ਸਾਹਿਬ ਭਾਈ ਨਿਸ਼ਾਨ ਸਿੰਘ ਜੀ ਦਾ, ਸਭ ਦਾ ਹੀ ਬਹੁਤ ਬਹੁਤ ਧੰਨਵਾਦ। ਭੁੱਲਾਂ ਚੁੱਕਾਂ ਖਿਮਾ ਕਰਨੀਆਂ ਹੁਣ ਅਰਦਾਸ ਹੋਏਗੀ, ਉਪਰੰਤ ਸ਼੍ਰੀ ਮੁਖਵਾਕ, ਫਿਰ ਪ੍ਰਿੰਸੀਪਲ ਸਰਦਾਰ ਗੁਰਦੀਪ ਸਿੰਘ ਜੀ ਬੇਨਤੀਆਂ ਕਰਨਗੇ, ਨਾਲ ਦੇਗ ਵਰਤੇਗੀ, ਨਾਲ ਗੁਰੂ ਸਾਹਿਬ ਦਾ ਸੁਖਾਸਨ ਹੋਏਗਾ। ਜਦੋਂ ਦੇਗ ਵਰਤਗੀ, ਫਿਰ ਮਹਾਰਾਜ ਜੀ ਦਾ ਸੁਖਾਸਨ ਸੁਖਾਸਨ ਸਥਾਨ 'ਤੇ ਕਰਨ ਤੋਂ ਬਾਅਦ ਸੰਗਤਾਂ ਨੇ ਲੰਗਰ ਜਲ ਪਾਣੀ ਛੱਕ ਕੇ ਜਾਣਾ। ਸਾਡੇ ਪੱਤਰਕਾਰ ਵੀਰ ਸਰਦਾਰ ਜਗਦੀਸ਼ ਸਿੰਘ ਜੀ ਬਮਰਾਹ, ਇਸ ਇਲਾਕੇ ਦੇ ਪੱਤਰਕਾਰ ਵੀ ਪਹੁੰਚੇ ਹੈ, ਸਰਦਾਰ ਗੁਰਪ੍ਰੀਤ ਸਿੰਘ ਜੀ ਮੱਤੇਵਾਲ, ਮੈਂ ਸਭ ਦਾ ਹੀ ਬਹੁਤ ਬਹੁਤ ਧੰਨਵਾਦ ਕਰਦਾ। ਇਤਨੀ ਹਾਜ਼ਰੀ ਪ੍ਰਵਾਨ ਕਰਨੀ, ਭੁੱਲਾਂ ਚੁੱਕਾਂ ਖਿਮਾ ਕਰਨੀਆਂ। ਭਇਓ ਨਿਹਾਲ ਤਬੈ ਸੰਹਾਰੀ, ਗਤ ਪਾਈ ਬ੍ਰਹਮ ਗਿਆਨ ਸੁਖਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ